ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਲਾਈਵ ਤੁਹਾਡੇ ਨਾਲ ਹਾਜ਼ਰ ਹੋਇਆ ਵਾਪਸ ਨਿਊਯਾਰਕ ਤੋਂ ਮੈਂ ਇਹ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੀ ਹਾਂ ਜ਼ਰੂਰ ਕਾਲ ਕਰਕੇ ਸਾਡੇ ਨਾਲ ਜੁੜੋ ਇਸ ਪ੍ਰੋਗਰਾਮ ਦੇ ਵਿੱਚ ਅੱਜ ਬਿਕੋਜ਼ ਮੈਂ ਇੱਕ ਇਹੋ ਜਿਹਾ ਟੋਪਿਕ ਲੈ ਕੇ ਆਈ ਹਾਂ ਜਿਹਦੇ ਵਿੱਚ ਮੈਂ ਤੁਹਾਡੀ ਓਪੀਨੀਅਨ ਸੁਣਨਾ ਚਾਹੁੰਦੀ ਹਾਂ ਇਹ ਸਿੱਖ ਕਮਿਊਨਿਟੀ ਦੇ ਨਾਲ ਜੁੜਿਆ ਹੋਇਆ ਸਾਡੇ ਦਿਲਾਂ ਦੇ ਨਾਲ ਜੁੜਿਆ ਹੋਇਆ ਟੋਪਿਕ ਹੈਗਾ ਬਟ ਉਸ ਤੋਂ ਪਹਿਲੇ ਕੁਛ ਖਬਰਾਂ ਕੁਛ ਅਪਡੇਟਸ ਤੁਹਾਡੇ ਲਈ ਆਪਾਂ ਯੂਨਾਈਟਿਡ ਸਟੇਟਸ ਦੀ ਅਗਰ ਲੋਕਲ ਗੱਲ ਕਰਦੇ ਹਾਂ ਤਾਂ ਸਾਡੀ ਆਪਦੀ ਕਮਿਊਨਿਟੀ ਦੇ ਇੱਕ ਸ਼ਾਈਨਿੰਗ ਸਟਾਰ ਗੁਰਬੀਰ ਗਰੇਵਾਲ ਜੋ ਕਿ ਕਰੰਟਲੀ ਨਿਊ ਜਰਜ਼ੀ ਦੇ ਅਟਾਰਨੀ ਜਨਰਲ ਹਨ ਸਭ ਤੋਂ ਪਹਿਲੇ ਸਿੱਖ ਅਮੈਰੀਕਨ ਜਿਨ੍ਹਾਂ ਨੇ ਇਹ ਪੋਜੀਸ਼ਨ ਆਕੂਪਾਈ ਕੀਤੀ ਐਂਡ ਆਲਸੋ ਨਿਊ ਜਰਜ਼ੀ ਸਟੇਟ ਦੇ ਲੋਂਗੈਸਟ ਸਰਵਿੰਗ ਅਟਾਰਨੀ ਜਨਰਲ ਇਨ ਡੈਕੇਡਸ ਉਹਨਾਂ ਨੇ ਅੱਜ ਅਨਾਊਂਸ ਕੀਤਾ ਕਿ ਉਹ ਆਪਣੇ ਇਸ ਅਟਾਰਨੀ ਜਨਰਲ ਪੋਜੀਸ਼ਨ ਤੋਂ ਸਟੈਪ ਡਾਊਨ ਹੋ ਰਹੇ ਹੈ ਐਂਡ ਉਹਨਾਂ ਨੇ ਇੱਕ ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਦੇ ਨਾਲ ਪੋਜੀਸ਼ਨ ਲਿੱਤੀ ਹੈ ਉਹਨਾਂ ਦੀ ਇਨਫੋਰਸਮੈਂਟ ਡਿਵੀਜ਼ਨ ਦੇ ਵਿੱਚ ਜੋ ਫਾਈਨੈਂਸ਼ੀਅਲ ਮਾਰਕੀਟਸ ਨੂੰ ਰੈਗੂਲੇਟ ਕਰਦੀ ਹੈ ਇਹ ਇੱਕ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਰਿਪੋਰਟਡ ਨਿਊਜ਼ ਸੀਗੀ ਅਤੇ ਗੁਰਬੀਰ ਗਰੇਵਾਲ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਉਹ ਕਿਉਂ ਅਟਾਰਨੀ ਜਨਰਲ ਦੀ ਪੋਸਟ ਛੱਡ ਕੇ ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਦੇ ਨਾਲ ਹੁਣ ਜੁਆਇਨ ਕਰ ਰਹੇ ਹੈ ਐਂਡ ਉਹਨਾਂ ਦੀ ਤੁਸੀਂ ਕਹਿ ਲਓ ਤਾਰੀਫ ਦੇ ਵਿੱਚ ਗਵਰਨਰ ਫਿਲ ਮਰਫੀ ਨਿਊ ਜਰਜ਼ੀ ਦੇ ਡੈਮੋਕ੍ਰੈਟ ਜਿਨ੍ਹਾਂ ਨੇ ਗੁਰਬੀਰ ਗਰੇਵਾਲ ਨੂੰ ਅਪੁਆਇੰਟ ਕੀਤਾ ਸੀ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਭਾਵੇਂ ਸਾਨੂੰ ਯਾਦ ਜ਼ਰੂਰ ਆਊਗੀ ਗੁਰਬੀਰ ਗਰੇਵਾਲ ਦੀ ਲੀਡਰਸ਼ਿਪ ਦੀ ਇਸ ਰੋਲ ਦੇ ਵਿੱਚ ਹੀ ਇਜ਼ ਦ ਰਾਈਟ ਪਰਸਨ ਟੂ ਪ੍ਰੋਟੈਕਟ ਇਨਵੈਸਟਰਸ ਆਲ ਅਕਰੋਸ ਦ ਨੇਸ਼ਨ ਖਾਸ ਕਰਕੇ ਉਹਨਾਂ ਨੇ ਇਹ ਕਿਹਾ ਜਿਸ ਤਰ੍ਹਾਂ ਗੁਰਬੀਰ ਗਰੇਵਾਲ ਦੀ ਐਫਰਟਸ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਖੜ੍ਹੇ ਹੁੰਦੇ ਹੋਏ ਵੇਖੀਆਂ ਗਈਆਂ ਜਦੋਂ ਪ੍ਰੈਜੀਡੈਂਟ ਟਰੰਪ ਨੇ ਨਿਊ ਜਰਜ਼ੀ 'ਤੇ ਅਟੈਕ ਕੀਤੇ ਸੀ ਇਲੈਕਸ਼ਨ ਟਾਈਮ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਡਿਵਰਸ ਕਮਿਊਨਿਟੀਜ਼ ਨੂੰ ਪ੍ਰੋਟੈਕਟ ਕੀਤਾ ਐਂਡ ਹਿਸਟੋਰਿਕ ਰਿਫੋਰਮਸ ਨਿਊ ਜਰਜ਼ੀ ਸਟੇਟ ਦੇ ਵਿੱਚ ਇੰਪਲੀਮੈਂਟ ਕੀਤੇ ਭਾਵੇਂ ਉਹ ਪੁਲਿਸਿੰਗ ਦੇ ਵਿੱਚ ਹੋਣ ਜਾਂ ਵਾਇਲੈਂਸ ਦੇ ਖਿਲਾਫ ਇਨ ਸਾਰੀ ਚੀਜ਼ਾਂ ਨੂੰ ਲੈ ਕੇ ਇੱਕ ਵਾਰੀ ਫਿਰ ਗਵਰਨਰ ਫਿਲ ਮਰਫੀ ਨੇ ਕਿਹਾ ਕਿ ਗੁਰਬੀਰ ਗਰੇਵਾਲ ਹੈਜ਼ ਬੀਨ ਐਨ ਇਨਵੈਲਿਊਬਲ ਮੈਂਬਰ ਆਫ ਆਰ ਕਮਿਊਨਿਟੀ ਸੋ ਵੰਸ ਅਗੈਨ ਗੁੱਡ ਲੱਕ ਟੂ ਮਿਸਟਰ ਗੁਰਬੀਰ ਸਿੰਘ ਗਰੇਵਾਲ ਜੀ ਜੋ ਕਿ ਇੱਕ ਨਵੀਂ ਪੋਜੀਸ਼ਨ ਲੈ ਰਹੇ ਹੈ ਐਂਡ ਵੰਸ ਅਗੈਨ ਇਹ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਅੱਜ ਰਿਪੋਰਟ ਹੋਈ ਸੋ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਜਿੱਥੇ ਲੋਕਲ ਸਟੇਟਸ ਦੀ ਗੱਲ ਆਉਂਦੀ ਹੈ ਲੋਸ ਐਂਜਲਿਸ ਕਾਊਂਟੀ ਦੇ ਵਿੱਚ ਇੱਕ ਨਵਾਂ ਤੁਸੀਂ ਕਹਿ ਲਓ ਰੈਕਮੈਂਡੇਸ਼ਨ ਅੱਜ ਅਨਾਊਂਸ ਕੀਤੀ ਗਈ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਨਿਊਯਾਰਕ ਅਤੇ ਕੈਲੀਫੋਰਨੀਆ ਜੋ ਦੋ ਸਭ ਤੋਂ ਵੱਡੀ ਸਟੇਟਸ ਜਿਨ੍ਹਾਂ ਨੇ ਸਭ ਤੋਂ ਪਹਿਲੇ ਕੋਵਿਡ ਦੇ ਖਿਲਾਫ ਲੋਕਡਾਊਨਸ ਦੇ ਬਹੁਤ ਸਟ੍ਰਿੰਜੈਂਟ ਮੈਂਡੇਟਸ ਇਨਫੋਰਸ ਕੀਤੇ ਸੀ ਉਹ ਦੋਨੋਂ ਹੁਣ ਫੁੱਲੀ ਓਪਨ ਹੋ ਚੁੱਕੀਆਂ ਹੈ ਨਿਊਯਾਰਕ ਸਟੇਟ ਵੀ ਅਤੇ ਕੈਲੀਫੋਰਨੀਆ ਵੀ ਫੁੱਲੀ ਓਪਨ ਹਨ ਦੈਟ ਮੀਨਸ ਕਿ ਜੋ ਕੁਛ ਰਿਸਟ੍ਰਿਕਸ਼ਨਸ ਪਾਬੰਦੀਆਂ ਪਹਿਲੇ ਸੀਗੀਆਂ ਭਾਵੇਂ ਉਹ ਮਾਸਕਸ ਨੂੰ ਲੈ ਕੇ ਰੈਸਟੋਰੈਂਟਸ ਦੇ ਵਿੱਚ ਸਰਵਿਸ ਨੂੰ ਲੈ ਕੇ ਆਊਟਡੋਰ ਇਨਡੋਰ ਆਵਰਸ ਆਲ ਆਫ ਦੀਜ਼ ਥਿੰਗਸ ਕਰਫਿਊ ਉਹ ਸਾਰੀ ਚੀਜ਼ਾਂ ਹੁਣ ਫੁੱਲੀ ਰਿਮੂਵ ਹੋ ਚੁੱਕੀਆਂ ਬਟ ਅੱਜ ਲੋਸ ਐਂਜਲਿਸ ਕਾਊਂਟੀ ਤੋਂ ਨਿਊਜ਼ ਆਈ ਕਿ ਉਹਨਾਂ ਨੇ ਰੈਕਮੈਂਡੇਸ਼ਨ ਇੱਕ ਵਾਰੀ ਫਿਰ ਦਿੱਤੀ ਕਿ ਇਨਡੋਰ ਸੈਟਿੰਗਸ ਦੇ ਵਿੱਚ ਰੈਜ਼ੀਡੈਂਟਸ ਨੂੰ ਮਾਸਕ ਪਾਉਣਾ ਚਾਹੀਦਾ ਇਹ ਆਫਕੋਰਸ ਜੋ ਨਵਾਂ ਡੈਲਟਾ ਵੈਰੀਐਂਟ ਕਾਫੀ ਤੇਜ਼ੀ ਦੇ ਨਾਲ ਸਪਰੈਡ ਹੋ ਰਿਹਾ ਉਹਨੂੰ ਲੈ ਕੇ ਬਿਕੋਜ਼ ਲੋਸ ਐਂਜਲਿਸ ਕਾਊਂਟੀ ਦੇ ਵਿੱਚ ਕਾਫੀ ਹਲੇ ਵੀ ਅਨਵੈਕਸੀਨੇਟਿਡ ਲੋਕ ਹਨ ਐਂਡ ਇਹ ਜੋ ਨਵਾਂ ਡੈਲਟਾ ਵੈਰੀਐਂਟ ਹੈਗਾ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਟੀਕੇ ਨਹੀਂ ਲੱਗੇ ਹੋਏ ਵੈਕਸੀਨ ਨਹੀਂ ਲੱਗੀ ਹੋਈ ਉਹਨਾਂ ਦੇ ਵਿੱਚ ਖਾਸ ਕਰਕੇ ਬਹੁਤ ਹੀ ਤੇਜ਼ੀ ਦੇ ਨਾਲ ਫੈਲ ਰਿਹਾ ਐਂਡ ਵੰਸ ਅਗੈਨ ਇਹ ਡੈਲਟਾ ਵੈਰੀਐਂਟ ਕੁਛ ਸਾਇੰਟਿਸਟ ਦਾ ਕਹਿਣਾ ਹੈ ਕਿ ਇੰਡੀਆ ਤੋਂ ਸ਼ੁਰੂ ਹੋਇਆ ਸੀ ਇੰਡੀਆ ਦੇ ਵਿੱਚ ਜੋ ਇਹ ਇੰਨੀ ਮਾੜੀ ਸੈਕਿੰਡ ਵੇਵ ਆਈ ਹੈ ਇਹਦੇ ਵਿੱਚ ਇਸ ਨਵੇਂ ਵੈਰੀਐਂਟ ਡੈਲਟਾ ਵੈਰੀਐਂਟ ਦਾ ਬਹੁਤ ਵੱਡਾ ਰੋਲ ਹੈ ਅਤੇ ਇਹ ਵੈਰੀਐਂਟ ਹੁਣ US ਵਿੱਚ ਵੀ ਕੁਛ ਦਹਿਸ਼ਤ ਕ੍ਰੀਏਟ ਕਰ ਰਿਹਾ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ ਹੋਈ ਸੋ LA ਕਾਊਂਟੀ ਲੋਸ ਐਂਜਲਿਸ ਕਾਊਂਟੀ ਦੇ ਵਿੱਚ ਇਹ ਰੈਕਮੈਂਡੇਸ਼ਨ ਦਿੱਤੀ ਗਈ ਹੈ ਕਿ ਤੁਸੀਂ ਮਾਸਕ ਪਾ ਕੇ ਹਲੇ ਵੀ ਇਨਡੋਰਸ ਆਪਣਾ ਕੰਮ ਕਰੋ
So in the United States, pichle saal agar tusi khas karke saadi community de vich real estate ya business ya investment properties de vich jude ya construction de vich jude hoye tusi zarur notice kita hona ki kinni mehngai badh gayi hai ik ta housing prices di and of course construction material lakkad and other materials ina di kami karke construction nave homes ਵੀ ਕੰਸਟਰਕਸ਼ਨ ਸਲੋ ਹੋਈ ਹੈ ਤੇ ਜੋ ਐਗਜ਼ਿਸਟਿੰਗ ਹੋਮਸ ਫਾਰ ਸੇਲ ਹਨ ਅੱਜ ਇੱਕ ਨਿਊਜ਼ ਰਿਲੀਜ਼ ਹੋਈ ਹੈ ਦੈਟ ਉਹ ਸਭ ਤੋਂ ਤੁਸੀਂ ਕਹਿ ਲਓ ਦੇ ਉਹਨਾਂ ਨੇ ਜੋ ਪ੍ਰਾਈਸਿਸ ਸਰਜ ਕੀਤੇ ਦੇ ਹੈਵ ਬੀਨ ਦ ਫਾਸਟੈਸਟ ਪੇਸ ਇਨ ਅਪ੍ਰੈਲ ਸਿੰਸ 1987 ਸੋ ਜੋ ਸਾਲ ਅਪ੍ਰੈਲ ਦੇ ਵਿੱਚ ਐਂਡ ਹੁੰਦਾ ਦ ਫਿਸਕਲ ਈਅਰ ਉਹਦੇ ਵਿੱਚ ਹਾਊਸਿੰਗ ਪ੍ਰਾਈਸਿਸ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਇਨਕਰੀਜ਼ ਕੀਤੇ ਹੈ ਸਿੰਸ 1987 ਜੋ ਐਵਰੇਜ ਹਾਊਸ ਦਾ ਪ੍ਰਾਈਸ ਹੈਗਾ ਇੱਕ ਮੇਜਰ ਸਿਟੀ ਦੇ ਵਿੱਚ ਉਹ ਲਗਭਗ 15% ਇਨਕਰੀਜ਼ ਹੈਗਾ ਇਸ ਸਾਲ ਕੰਪੇਅਰ ਟੂ ਲਾਸਟ ਈਅਰ ਐਂਡ ਇੱਕ ਹੋਰ ਬਹੁਤ ਇੰਪੋਰਟੈਂਟ ਨੰਬਰ ਦੀ average home price has risen by 25%, so almost 1/4 increase hoya average home prices de vich and ede karke ek jo houses for sale hai ki unna di vi kami payi hai so jo loki nave homes khareedan di koshish kar rahe hai unna de vich bidding war chal rahi hai paave ek kisi vi house di asking price kuch vi hoye a trend ਵੀ ਵੇਖਣ ਨੂੰ ਮਿਲ ਰਿਹਾ ਕਿ ਲੋਕ ਆਸਕਿੰਗ ਪ੍ਰਾਈਸ ਤੋਂ ਬਹੁਤ ਹੀ ਇਨਕਰੀਸਡ ਪ੍ਰਾਈਸ 'ਤੇ ਆਪਣੇ ਹਾਊਸਿਸ ਸੈੱਲ ਕਰ ਰਹੇ ਆ ਬਿਕੋਜ਼ ਡਿਮਾਂਡ ਇੰਨੀ ਜ਼ਿਆਦਾ ਹੈ ਸੋ ਵਨਸ ਅਗੈਨ ਓਵਰਆਲ ਇਹ ਇੱਕ ਵਧੀਆ ਸਾਈਨ ਹੈ ਇਕੋਨਮੀ ਲਈ ਇਹ ਵਧੀਆ ਸਾਈਨ ਹੈ ਰੀਅਲ ਇਸਟੇਟ ਮਾਰਕੀਟ ਲਈ ਬਟ ਅਗਰ ਤੁਸੀਂ ਇੱਕ ਹੋਮ ਬਾਇੰਗ ਸਾਈਡ ਤੋਂ ਗੱਲ ਕਰ ਰਹੇ ਹੋ ਜਾਂ ਤੁਹਾਡਾ ਯੂ ਨੋ ਯੂਅਰ ਫਸਟ ਟਾਈਮ ਹੋਮ ਬਾਇਰ ਖਾਸ ਕਰਕੇ ਇੰਟਰਸਟ ਰੇਟਸ ਕਰਕੇ ਤੁਹਾਨੂੰ ਲੱਗਦਾ ਕਿ ਸ਼ਾਇਦ ਹੁਣੇ ਇਜ਼ ਅ ਗੁੱਡ ਟਾਈਮ ਤੁਸੀਂ ਨਵੀਂ ਪ੍ਰੋਪਰਟੀ ਲਵੋ ਇੰਟਰਸਟ ਰੇਟਸ ਕਰਕੇ ਬਟ ਜੋ ਪ੍ਰੋਪਰਟੀਜ਼ ਦੀ ਕੀਮਤ ਇਸ ਵੇਲੇ ਇਨਕਰੀਜ਼ ਹੋਈ ਹੈ ਉਹਨੂੰ ਜ਼ਰੂਰ ਤੁਸੀਂ ਖਿਆਲ 'ਚ ਰੱਖਿਓ ਓਕੇ ਇਹ ਸੀਗੀ ਸਾਡੀ ਕੁਛ ਹੈਡਲਾਈਨਸ ਅਤੇ ਅੱਜ ਮੈਂ ਤੁਹਾਡੇ ਨਾਲ ਆਪਣੇ ਮੇਨ ਮੁੱਦੇ ਦੀ ਗੱਲ ਹੁਣ ਕਰਨਾ ਚਾਹੁੰਦੀ ਹਾਂ ਸੋ ਜ਼ਰੂਰ ਤੁਸੀਂ ਨਿਊਜ਼ ਵਿੱਚ ਸੁਣਿਆ ਹੋਣਾ ਸਾਡੀ ਕਵਰੇਜ ਵੀ ਇਸ ਚੀਜ਼ ਨੂੰ ਡਿਸਕਸ ਕਰ ਰਹੀ ਸੀ ਅੱਜ ਦੀ ਖਬਰਾਂ ਦੇ ਵਿੱਚ ਕਸ਼ਮੀਰ ਜੰਮੂ ਐਂਡ ਕਸ਼ਮੀਰ ਦੇ ਵਿੱਚ ਕੁਛ ਅੰਡਰ ਏਜ ਸਿੱਖ ਲੜਕੀਆਂ ਨੂੰ ਅਲੈਜਡਲੀ ਕਿਡਨੈਪ ਕੀਤਾ ਗਿਆ ਅਤੇ ਉਹਨਾਂ ਦੀ ਧੱਕੇ ਦੇ ਨਾਲ ਕਨਵਰਜ਼ਨ ਕੀਤੀ ਗਈ ਇਸਲਾਮ ਤੋਂ ਦੇ ਵਿੱਚ ਅਤੇ ਉਹਨਾਂ ਦਾ ਵਿਆਹ ਕਰ ਲਿਆ ਜੋ ਉਹਨਾਂ ਦੇ ਕਿਡਨੈਪਰ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਸਿੱਖ ਤੋਂ ਮੁਸਲਮਾਨ ਬਣਾ ਕੇ ਰੱਖਿਆ ਇਨ ਕੁਛ ਲੜਕੀਆਂ ਦੇ ਜੋ ਕੇਸਿਸ ਨਿਊਜ਼ ਵਿੱਚ ਰਿਪੋਰਟ ਹੋ ਰਹੇ ਆ ਉਹਨਾਂ ਦੇ ਵਿੱਚੋਂ ਇੱਕ ਲੜਕੀ ਮਨਮੀਤ ਕੌਰ ਦਾ ਬਹੁਤ ਇੰਟਰਸਟਿੰਗ ਕੇਸ ਅੱਗੇ ਆਇਆ ਹੈ ਜਿਹਦੇ ਵਿੱਚ ਪੋਲੀਟੀਕਲ ਹੁਣ ਤੁਸੀਂ ਕਹਿ ਲਓ ਰਾਜਨੀਤਿਕ ਤੌਰ 'ਤੇ ਜ਼ਿਆਦਾ ਸਾਨੂੰ ਹੈਡਲਾਈਨਸ ਅਤੇ ਅਪਡੇਟ ਸੁਣਨ ਨੂੰ ਮਿਲ ਰਹੀ ਹੈ ਅਤੇ ਜੋ ਐਕਚੁਅਲ ਕੇਸ ਹੈਗਾ ਉਹਦੀ ਥੋੜ੍ਹੀ ਜਿਹੀ ਤੁਸੀਂ ਕਹਿ ਲਓ ਓਵਰ ਸ਼ੈਡੋ ਕਰ ਗਈ ਹੈ ਜੋ ਸਾਰੀ ਪੋਲੀਟਿਕਸ ਇਸ ਚੀਜ਼ ਨੂੰ ਲੈ ਕੇ ਵੇਖਣ ਨੂੰ ਮਿਲ ਰਹੀ ਹੈ ਇਹ ਜੋ ਸਟੋਰੀ ਹੈਗੀ ਇਹਨੂੰ ਲੈ ਕੇ ਇਸ ਵੀਕਐਂਡ 'ਤੇ ਸੰਡੇ ਨੂੰ ਮਨਜਿੰਦਰ ਸਿੰਘ ਸਿਰਸਾ ਜੀ ਵੀ ਪਹੁੰਚੇ ਸ਼੍ਰੀਨਗਰ ਦੇ ਵਿੱਚ ਅਤੇ ਇੱਕ ਪ੍ਰੋਟੈਸਟ ਉੱਥੇ ਰੱਖੀ ਉਹਨਾਂ ਨੇ ਕਿ ਇੱਥੇ ਸਿੱਖ ਕੁੜੀਆਂ ਨੂੰ ਉਹਨਾਂ ਦੀ ਫੋਰਸਡ ਕਨਵਰਜ਼ਨ ਹੋ ਰਹੀ ਹੈ ਇਸਲਾਮ ਦੇ ਵਿੱਚ ਕਿ ਸਿੱਖਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਉਹਨਾਂ ਦੀ ਤੁਸੀਂ ਕਹਿ ਲਓ ਮਰਜ਼ੀ ਤੋਂ ਬਗੈਰ ਅਤੇ ਉਹਨਾਂ ਦਾ ਵਿਆਹ ਕੀਤਾ ਜਾ ਰਿਹਾ ਨੌਜਵਾਨ ਕੁੜੀਆਂ ਦਾ ਵਿਆਹ ਕੀਤਾ ਜਾ ਰਿਹਾ ਬਜ਼ੁਰਗ ਬੰਦਿਆਂ ਦੇ ਨਾਲ ਅਗੇਂਸਟ ਦੇਅਰ ਵਿਸ਼ਿਜ਼ ਉਹਨਾਂ ਦੇ ਪਰਿਵਾਰ ਤੋਂ ਉਹਨਾਂ ਨੂੰ ਖੋ ਕੇ ਸੋ ਪ੍ਰੋਟੈਸਟ ਰੱਖੀ ਗਈ ਉੱਥੇ ਵਨਸ ਅਗੈਨ ਪੂਰੇ ਪੋਲੀਟੀਕਲ ਜਥੇਬੰਦੀਆਂ ਪਹੁੰਚੀਆਂ ਅਤੇ ਜੋ ਲੋਕਲ ਪੋਲੀਟੀਸ਼ਨਸ ਹਨ ਉਹਨਾਂ ਨੇ ਵੀ ਬਿਆਨ ਦਿੱਤਾ ਇਸ ਚੀਜ਼ ਨੂੰ ਲੈ ਕੇ ਸੋ ਇਹ ਜੋ ਸਟੋਰੀ ਹੈਗੀ ਵਨਸ ਅਗੈਨ ਬਹੁਤ ਇੰਟਰਸਟਿੰਗ ਹੈਗੀ ਮੈਂ ਚਾਹੁੰਦੀ ਹਾਂ ਕਿ ਤੁਸੀਂ ਜ਼ਰੂਰ ਆਪ ਦਾ ਓਪੀਨੀਅਨ ਸਾਡੇ ਨਾਲ ਜੁੜ ਕੇ ਅੱਜ ਸ਼ੇਅਰ ਕਰੋ ਬਿਕੋਜ਼ ਇਹ ਸਟੋਰੀ ਨਾ ਕਿ ਸਿਰਫ ਇੱਕ ਸਿੰਪਲ ਹੈਡਲਾਈਨ ਹੈਗੀ ਕਿ ਸਿੱਖ ਕੁੜੀਆਂ ਨੂੰ ਜੰਮੂ ਕਸ਼ਮੀਰ ਟੈਰੀਟੋਰੀਜ਼ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਇਸਲਾਮ ਦੇ ਵਿੱਚ
बट ये पॉलिटिक्स का की रोल है एंड हूँ सानू तो पता है कि पंजाब इलेक्शन 2022 हूँ तो लागे ही टाइम आ गया है सो इन का की रोल बनता है इस पूरे सिचुएशन यदि गल करेंगे इतने एक छोटे जी ब्रेक ले रुकते हैं एक बार फिर अज लाइव तो हाजिर हुए हैं तो जरूर साढ़े नाल जुड़ के अपने विचार सांझे करो मिलते हैं ब्रेक तो उस बार ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੁਹਾਡੇ ਨਾਲ ਲਾਈਵ ਅੱਜ ਹਾਜ਼ਰ ਹੋਏ ਹਾਂ ਅਤੇ ਮੈਂ ਖਾਸ ਕਰਕੇ ਇਹ ਪ੍ਰੋਗਰਾਮ ਲਾਈਵ ਕਰਨਾ ਚਾਹੁੰਦੀ ਸੀ ਤਾਂ ਕਿ ਤੁਸੀਂ ਜੁੜ ਕੇ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਇਸ ਟੌਪਿਕ 'ਤੇ ਸਾਡੇ ਨਾਲ ਸ਼ੇਅਰ ਕਰੋ ਇਸ ਪਿਛਲੇ ਕੁਛ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਹੈੱਡਲਾਈਨ ਜੰਮੂ ਐਂਡ ਕਸ਼ਮੀਰ ਟੈਰੀਟੋਰੀਜ਼ ਤੋਂ ਨਿਕਲ ਕੇ ਆ ਰਹੀ ਹੈ ਕਿ ਸਿੱਖ ਕੁੜੀਆਂ ਨੂੰ ਉਹਨਾਂ ਦੀ ਤੁਸੀਂ ਕਹਿ ਲਓ ਅਗੇਂਸਟ ਦੇਅਰ ਵਿਸ਼ਿਜ਼ ਉਹਨਾਂ ਨੂੰ ਫੋਰਸਫੁੱਲ ਤਰੀਕੇ ਦੇ ਨਾਲ ਧੱਕੇ ਦੇ ਨਾਲ ਕਨਵਰਟ ਕੀਤਾ ਜਾ ਰਿਹਾ ਇਸਲਾਮ ਦੀ ਤਰਫ ਅਤੇ ਜੋ ਜੰਮੂ ਕਸ਼ਮੀਰ ਦੀ ਸਿੱਖ ਅਤੇ ਮੁਸਲਿਮ ਕਮਿਊਨਿਟੀ ਹੈਗੀ ਜੋ ਪਿਛਲੇ 500 ਸਾਲਾਂ ਤੋਂ ਏਕਤਾ ਦੇ ਨਾਲ ਰਹਿ ਰਿਹਾ ਹੈ ਉਹਨਾਂ ਦੇ ਵਿੱਚ ਵੰਡ ਪਾਉਣ ਦੀ ਗੱਲ ਹੁਣ ਚੱਕੀ ਜਾ ਰਹੀ ਕਿ ਕਿਸ ਤਰ੍ਹਾਂ ਸ਼ਾਇਦ ਰਾਜਨੀਤਿਕ ਤੌਰ 'ਤੇ ਇਸ ਸਿਚੁਏਸ਼ਨ ਨੂੰ ਇਸ ਕ੍ਰਾਈਸਿਸ ਨੂੰ ਇੱਕ ਓਪਰਚੁਨਿਟੀ ਦੇ ਤੌਰ 'ਤੇ ਲਿੱਤਾ ਜਾ ਰਿਹਾ ਹੈ ਇਨ ਕੁੜੀਆਂ ਨੂੰ ਯੂਜ਼ ਕਰਦੇ ਹੋਏ ਸੋ ਮੈਂ ਹੋਰ ਜਾਣਕਾਰੀ ਇਸ ਟੌਪਿਕ ਬਾਰੇ ਜ਼ਰੂਰ ਸ਼ੇਅਰ ਵੀ ਕਰਾਂਗੀ ਬਟ ਕੁਝ ਕਾਲਰ ਸਾਡੇ ਨਾਲ ਆਲਰੇਡੀ ਜੁੜ ਚੁੱਕੇ ਹੈ ਸੁਣ ਲੈਂਦੇ ਉਹਨਾਂ ਦੇ ਵਿਚਾਰ ਸਤਿ ਸ਼੍ਰੀ ਅਕਾਲ ਤੁਸੀਂ ਆਨਰ ਹੋ ਕਿਸੇ ਦੀ ਧੀ ਭੈਣ ਨੂੰ ਛਡਾ ਕੇ ਲਿਆਉਣਾ ਉਹਦੇ ਵਿੱਚ ਰਾਜਨੀਤੀ ਅਹਿਮਦ ਸ਼ਾਹ ਅਬਦਾਲੀ ਵੇਲੇ ਹਿੰਦੂਆਂ ਦੀਆਂ ਲੜਕੀਆਂ ਨੂੰ ਚੁੱਕ ਕੇ ਲੈ ਕੇ ਜਾਂਦੇ ਸੀਗੇ ਉਦੋਂ ਵੀ ਸਿੱਖਾਂ ਨੇ ਛਡਾ ਕੇ ਆਉਂਦਾ ਇਹਦੇ ਵਿੱਚ ਪਾਰਟੀ ਵਾਲੀ ਗੱਲ ਕੋਈ ਨੀ ਠੀਕ ਹੈ ਵੱਖਰੀ ਗੱਲ ਇਹ ਆ ਕਿ ਜਦੋਂ ਸਿਰਸਾ ਸਾਹਿਬ ਉੱਥੇ ਪਹੁੰਚੇ ਆ ਤੁਸੀਂ ਪਹੁੰਚ ਜਾਂਦੇ ਜਿਹੜੇ ਵਿਰੋਧ ਕਰਨ ਵਾਲੇ ਹੋ ਤੁਸੀਂ ਕਿਉਂ ਨੀ ਪਹੁੰਚੇ ਤੁਸੀਂ ਕਿਉਂ ਨੀ ਇਸ ਇਸ਼ੂ ਨੂੰ ਜਿਹੜਾ ਵਾ ਗਾਂ ਲੈ ਕੇ ਆਏ ਕਿਉਂ ਹਰ ਬੰਦੇ ਦੀ ਧੀ ਭੈਣ ਆ ਉਹ ਜਵਾਨ ਆ ਕੋਈ ਵੀ ਹੈਪਨੈਸ ਹੋ ਸਕਦੀ ਆ ਔਰ ਜਿਹੜੀ ਅਸੀਂ ਨਿੰਦਿਆ ਕਰਦੇ ਹਾਂ ਉਸ ਮੁਸਲਿਮ ਭਾਈਚਾਰੇ ਦੀ ਅਸੀਂ ਡਟ ਕੇ ਨਿੰਦਿਆ ਕਰਦੇ ਹਾਂ ਔਰ ਜਿਹੜੇ ਬੰਦਿਆਂ ਨੇ ਭਾਵੇਂ ਕਿਸੇ ਪਾਰਟੀ ਦੇ ਆ ਉਹ ਕਾਂਗਰਸ ਦੇ ਚਲੇ ਜਾਂਦੇ ਉਹ ਆਮ ਆਦਮੀ ਪਾਰਟੀ ਦੇ ਚਲੇ ਜਾਂਦੇ ਜਾਂ ਕਿਸੇ ਹੋਰ ਪਾਰਟੀ ਦੇ ਚਲੇ ਜਾਂਦੇ ਉਹ ਛਡਾ ਕੇ ਲਿਆਉਂਦੇ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਜੀ ਪਰ ਇਸ ਗੱਲ ਦੇ ਉੱਤੇ ਕਿਸੇ ਦੀ ਬੇਟੀ ਨੂੰ ਚੁਗਲ ਚੋ ਛਡਾ ਕੇ ਲਿਆਉਣਾ ਕਾਨੂੰਨੀ ਤੌਰ ਤੇ ਤੇ ਉਹਦਾ ਵਿਆਹ ਜਿਹੜਾ ਅਗਲੇ ਦਿਨ ਕਿਸੇ ਸਿੱਖ ਪਰਿਵਾਰ ਚ ਕਰ ਲੈਣਾ ਮੈਂ ਕਹਿੰਦਾ ਵੀ ਆਹ ਜਿਹੜੀਆਂ ਗੱਲਾਂ ਨੇ ਨਾ ਇਹ ਬੇਹੁਦਾ ਗੱਲਾਂ ਜਿਹੜੀਆਂ ਕਰ ਰਹੀਆਂ ਕਿ ਇਹਦੇ ਵਿੱਚ ਰਾਜਨੀਤੀ ਆ ਜੀ ਇਟਸ ਨਾਟ ਗੁੱਡ ਜੀ ਹਰ ਗੱਲ ਨੂੰ ਜੀ ਮੈਂ ਕਹਿੰਦਾ ਵੀ ਲੋਕਾਂ ਦੀ ਇਹ ਫਿਤਰਤ ਬਣ ਚੁੱਕੀ ਆ ਕਿਸੇ ਦੇ ਘਰ ਦੇ ਵਿੱਚ ਕੋਈ ਪਾੜਾ ਪੈ ਜਾਂਦਾ ਉਹਦੇ ਵਿੱਚ ਕਹਿੰਦੇ ਰਾਜਨੀਤੀ ਆ ਜੀ ਪਰ ਆਪਾਂ ਇਸ ਗੱਲ ਨੂੰ ਨਾ ਲਈਏ ਕਿ ਉਹ ਕਿਹੜੀ ਪਾਰਟੀ ਲੈ ਕੇ ਆਈ ਆ ਜੀ ਹਾਂ ਇਸ ਗੱਲ 'ਚ ਗੁਰੂ ਮਹਾਰਾਜ ਦਾ ਸ਼ੁਕਰੀਆ ਅਦਾ ਕਰੀਏ ਕਿ ਯਾਰੋ ਉਹ ਬੇਟੀ ਜਿਹੜੀ ਆਪਣੇ ਘਰ ਆ ਗਈ ਉਹਦਾ ਵਿਆਹ ਕਰ ਦਿੱਤਾ ਗਿਆ ਤੇ ਸਤਿਗੁਰੂ ਉਹਨੂੰ ਸਮਰੱਥ ਬਖਸ਼ੇ ਔਰ ਮੈਂ ਉਸ ਸਿੱਖ ਇਨਸਾਨ ਦੀ ਵੀ ਤਾਰੀਫ ਕਰਦਾ ਆ ਜਿਹਨੇ ਉਹਦੇ ਨਾਲ ਓਵਰਨਾਈਟ ਵਿਆਹ ਵੀ ਕਰਵਾਇਆ ਸਾਰੀਆਂ ਗੱਲਾਂ ਜਾਣਨ ਦੇ ਬਾਵਜੂਦ ਵੀ ਪਰ ਆਹ ਜਿਹੜੀਆਂ ਗੱਲਾਂ ਕਰਦੀਆਂ ਨਾ ਵੀ ਉਹਦੇ ਵਿੱਚ ਰਾਜਨੀਤੀ ਆ ਉਹਦੇ ਵਿੱਚ ਆਹ ਗੱਲ ਹੋ ਗਈ ਆ ਉਹਦੇ ਪੁਰਾਣੀ ਪਾਰਟੀ ਨੇ ਲੈ ਦਾ ਜੀ ਹੁੰਦਲ ਜੀ ਥੈਂਕ ਯੂ ਸੋ ਮੱਚ ਐਂਡ ਆਮ ਗਲੈਡ ਕਿ ਤੁਸੀਂ ਇੱਥੇ ਦੇ ਯੂਨਾਈਟਿਡ ਸਟੇਟਸ ਵਿੱਚ ਵੱਸਦੇ ਹੋਏ ਸਾਨੂੰ ਜੋ ਅਕਾਲੀ ਪਰਸਪੈਕਟਿਵ ਹੈ ਉਹ ਸਾਡੇ ਨਾਲ ਸ਼ੇਅਰ ਕੀਤਾ ਇਹ ਖਬਰ ਇਸ ਕਰਕੇ ਰਾਜਨੀਤੀ ਦੇ ਪੱਖ ਨੂੰ ਲੈ ਕੇ ਆ ਰਹੀ ਹੈ ਬਿਕੋਜ਼ ਜਿਸ ਤਰ੍ਹਾਂ ਮੈਂ ਤੁਹਾਨੂੰ ਬ੍ਰੇਕ ਤੋਂ ਪਹਿਲੇ ਵੀ ਦੱਸਿਆ ਸੀ ਇਸ ਸਟੋਰੀ ਦੇ ਵਿੱਚ ਭਾਵੇਂ ਇਸ ਵੀਕਐਂਡ ਇੱਕ ਕੁੜੀ ਦਾ ਨਾਮ ਅੱਗੇ ਉੱਭਰ ਕੇ ਆ ਰਿਹਾ ਹੈ ਮਨਮੀਤ ਕੌਰ ਜਿਹਦਾ ਜਿਸ ਤਰ੍ਹਾਂ ਹੁੰਦਲ ਜੀ ਨੇ ਕਿਹਾ ਵਿਆਹ ਉਹਨੂੰ ਛੁਡਾਉਣ ਤੋਂ ਇੱਕ ਦਿਨ ਬਾਅਦ ਹੀ ਕਰ ਦਿੱਤਾ ਗਿਆ ਸੀ ਇੱਕ ਸਿੱਖ ਮੁੰਡੇ ਦੇ ਨਾਲ ਉਹਦੇ ਇਲਾਵਾ ਦੋ ਤਿੰਨ ਹੋਰ ਕੁੜੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਹੋਰ ਕੁੜੀ ਦਨਮੀਤ ਕੌਰ ਦਨਮੀਤ ਕੌਰ ਦਾ ਵੀ ਇਹੋ ਜਿਹਾ ਹੀ ਕਿੱਸਾ ਕਿ ਉਹਨੇ ਜੂਨ ਦੇ ਮਹੀਨੇ ਦੇ ਵਿੱਚ ਅਰਲੀ ਜੂਨ ਆਪਣੇ ਪਰਿਵਾਰ ਨੂੰ ਕਿਹਾ ਕਿ ਮੈਂ ਛੱਡ ਕੇ ਜਾ ਰਹੀ ਹਾਂ ਮੈਂ ਵਿਆਹ ਕਰਨਾ ਹੈ ਅਤੇ ਮੁੰਡਾ ਮੁਸਲਮਾਨ ਹੈ ਅਤੇ ਮੈਂ ਕਨਵਰਟ ਕਰ ਰਹੀ ਹਾਂ ਅਤੇ ਮੈਂ ਨਿਕਾਹ ਕਰਾ ਲਿਆ ਅਤੇ ਤੁਸੀਂ ਮੇਰੇ ਪਿੱਛੇ ਨਾ ਆਓ ਉਹ ਕੁੜੀ ਦੀ ਉਮਰ ਲਗਭਗ 25 ਸਾਲ ਸੀਗੀ ਅਤੇ ਜਿਹਦੇ ਨਾਲ ਉਹਦਾ ਵਿਆਹ ਉਹਨੇ ਕਰਾਇਆ ਹੈ ਜੋ ਮੁਸਲਿਮ ਮੁੰਡਾ ਹੈਗਾ ਉਹਦੀ ਉਮਰ ਲਗਭਗ 28-29 ਦੀ ਕਰੀਬ ਦੀ ਹੋਣੀ ਹੈ 30 ਦੇ ਕਰੀਬ ਦੀ ਹੋਣੀ ਹੈ ਉਹਨੂੰ ਕੁਛ ਘੰਟਿਆਂ ਬਾਅਦ ਹੀ ਪੁਲਿਸ ਨੇ ਫੜ ਲਿਆ ਕਿ ਤੇਰੇ ਪਰਿਵਾਰ ਨੇ ਤਾਂ ਤੇਰੇ ਖਿਲਾਫ਼ ਇਹ ਰਿਪੋਰਟ ਦਰਜ ਕਰਾਈ ਹੈ ਅਤੇ ਉਹਨੂੰ ਵਾਪਸ ਲੈ ਕੇ ਆਏ ਅਤੇ ਉਹਨੇ ਇੱਕ ਵਾਇਰਲ ਵੀਡੀਓ ਬਣਾਈ 10 ਕੁ ਮਿੰਟ ਦੀ ਵੀਡੀਓ ਸੀਗੀ ਐਂਡ ਉਸ ਵੀਡੀਓ 'ਚ ਉਹਨੇ ਇਹ ਕਿਹਾ ਕਿ ਮੈਂ ਪੜ੍ਹੀ ਲਿਖੀ ਕੁੜੀ ਹਾਂ
ਭਾਵੇਂ ਮੈਂ ਸਿੱਖ ਪਰਿਵਾਰ ਤੋਂ ਆਉਂਦੀ ਹਾਂ ਬਟ ਇਹ ਮੇਰਾ ਆਪ ਦਾ ਸੋਚਿਆ ਸਮਝਿਆ ਫੈਸਲਾ ਸੀਗਾ ਕਿ ਮੈਂ ਇਸ ਮੁੰਡੇ ਨਾਲ ਵਿਆਹ ਕਰਾਉਣਾ ਹੈ ਐਂਡ ਮੈਂ ਕਨਵਰਟ ਹੋ ਗਈ ਹਾਂ। ਅੱਜ ਸਵਾਲ ਇੱਥੇ ਇਹ ਬਣਦਾ ਹੈ ਕਿ ਰਾਜਨੀਤੀ ਦੀ ਗੱਲ ਕਿਉਂ ਚੁੱਕੀ ਜਾ ਰਹੀ ਹੈ, ਨਾ ਕਿ ਕੋਈ ਪਾਰਟੀ ਦੇ ਖਿਲਾਫ਼ ਜਾਂ ਵਿਰੋਧ ਜਾਂ ਉਹਨਾਂ ਦੇ ਹੱਕ ਦੇ ਵਿੱਚ ਗੱਲ ਰੱਖਣ ਦੀ ਗੱਲ ਨਹੀਂ ਹੋ ਰਹੀ। ਐਕਚੁਅਲੀ ਗੱਲ ਆਉਂਦੀ ਹੈ ਕਿ ਅੱਜ ਆਪਾਂ 21st century ਵਿੱਚ ਰਹਿੰਦੇ ਹਾਂ। ਅੱਜ ਆਪਾਂ ਕਹਿੰਦੇ ਹਾਂ ਕਿ ਔਰਤਾਂ ਨੂੰ ਇੰਪਾਵਰ ਕਰਨਾ ਚਾਹੀਦਾ ਹੈ, ਕਿ ਵੁਮੈਨਸ ਰਾਈਟਸ ਦੀ ਗੱਲ ਹੋਣੀ ਚਾਹੀਦੀ ਹੈ। ਵੁਮੈਨਸ ਰਾਈਟਸ ਦੀ ਗੱਲ ਸਿਰਫ ਆਫਿਸ ਦੇ ਵਿੱਚ ਜਾਂ ਤੁਹਾਡੇ ਸੋਸ਼ਲ ਸਰਕਲ ਦੇ ਵਿੱਚ ਨਹੀਂ ਹੁੰਦੀ, ਵੁਮੈਨ ਰਾਈਟਸ ਦੀ ਗੱਲ ਇਸ ਮੁੱਦੇ ਦੇ ਵਿੱਚ ਵੀ ਬਣਦੀ ਹੈ ਕਿ ਕੀ ਇੱਕ ਸਿੱਖ ਔਰਤ ਦਾ ਹੱਕ ਬਣਦਾ ਹੈ ਅਗਰ ਉਹ ਜੈਨੂਇਨਲੀ, ਅਗਰ ਉਹ ਸੱਚੀ ਮੁੱਚੀ ਦੀ ਕਹਿੰਦੀ ਹੈ ਕਿ ਮੈਂ ਕਨਵਰਟ ਕਰਨਾ ਹੈ ਜਾਂ ਮੈਂ ਕਿਸੇ ਮੁੰਡੇ ਨਾਲ ਵਿਆਹ ਕਰਨਾ ਜੋ ਸਿੱਖ ਨਹੀਂ ਆ, ਉਹਦਾ ਕੀ ਇੰਨਾ ਕੁ ਹੱਕ ਬਣਦਾ ਹੈ? ਕਿਉਂਕਿ ਇਹ ਜੋ ਜੰਮੂ ਕਸ਼ਮੀਰ ਦੇ ਵਿੱਚ ਹੋ ਰਿਹਾ ਹੈ, ਭਾਵੇਂ ਇਹਦੇ ਵਿੱਚ ਰਾਜਨੀਤੀ ਹੋਏ, ਪਾਰਟੀਬਾਜ਼ੀ ਹੋਏ, ਸਿੱਖ ਮੁਸਲਮਾਨ ਏਕਤਾ ਜਾਂ ਡਿਵੀਜ਼ਨ ਦੀ ਗੱਲ ਹੋਏ, ਇਹਦੇ ਵਿੱਚ ਕੋਈ ਇਹ ਸਵਾਲ ਕਿਉਂ ਨਹੀਂ ਪੁੱਛ ਰਿਹਾ ਕਿ ਉਹਨ ਕੁੜੀਆਂ ਦਾ ਕੀ ਹੱਕ ਬਣਦਾ ਹੈ, ਉਹਨਾਂ ਦਾ ਕੀ ਸੋਚ ਹੈ, ਉਹਨਾਂ ਦਾ ਕੀ ਤੁਸੀਂ ਕਹਿ ਲਓ ਉਹਨਾਂ ਦੀ ਕਿੰਨੀ ਕੁ ਫਰੀਡਮ ਹੈਗੀ ਆਪਣੇ ਡਿਸੀਜਨਸ ਬਣਾਉਣ ਦੀ। ਕੁਛ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ। ਸਤਿ ਸ਼੍ਰੀ ਅਕਾਲ, ਤੁਸੀਂ ਔਨਰ ਹੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ, ਮੈਂ ਜਸਟ ਪੰਜਾਬੀ ਤੇ ਗੱਲ ਕਰਨਾ ਚਾਹੁੰਦਾ ਭੈਣ ਜੀ। ਹਾਂਜੀ ਹਾਂਜੀ, ਤੁਸੀਂ ਲਾਈਵ ਔਨਰ ਹੋ, ਦੱਸੋ ਕੌਣ ਬੋਲ ਰਹੇ ਹੋ? ਹਾਂਜੀ, ਮੇਰਾ ਨਾਮ ਰਾਮੇਸ਼ਵਰ ਦਾਸ ਹੈ ਜੀ। ਦੱਸੋ, ਇਹ ਜਿਹੜਾ ਤੁਸੀਂ ਮੁੱਦਾ ਲੈ ਕੇ ਆਏ ਹੋ, ਵੈਸੇ ਮਤਲਬ ਹੈ ਤਾਂ ਗਲਤ ਹੀ ਹੈ ਸਾਰਾ ਜੀ, ਤੇ ਪਰ ਇੱਕ ਗੱਲ ਹੈ ਕਿ ਮਤਲਬ ਇਹ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਹੀ ਇਹ ਮਸਲੇ ਉਠਾਏ ਜਾਂਦੇ ਨੇ ਜੀ। ਹੈਲੋ, ਹਾਂਜੀ ਹਾਂਜੀ, ਹਾਂ, ਤੇ ਜਦੋਂ ਇੱਥੇ ਅਮਰੀਕਾ ਦੇ ਵਿੱਚ ਸਾਡੇ ਕਈ ਹਿੰਦੂ ਬੱਚਿਆਂ ਨੇ, ਲੜਕੇ ਲੜਕੀਆਂ ਨੇ ਆਪਸ ਦੇ ਵਿੱਚ ਵਿਆਹ ਕਰਵਾਏ ਹੈ ਜੀ, ਤੇ ਸਿੱਖ ਪਰਿਵਾਰਾਂ ਨੇ ਵੀ, ਲੜਕੇ ਲੜਕੀਆਂ ਨੇ ਮੁਸਲਮਾਨ ਪਰਿਵਾਰਾਂ 'ਚ ਵਿਆਹ ਕਰਵਾਏ ਹੈ ਜੀ। ਇੱਥੇ ਤਾਂ ਕੋਈ ਇਹ ਮਸਲਾ ਲੈ ਕੇ ਨਹੀਂ ਆਉਂਦਾ ਇਹ ਇਸ ਗੱਲ ਨੂੰ ਕਿ ਉਹ ਕਿਉਂ ਕੀਤਾ ਕਿਉਂ ਕੀਤਾ, ਉਹ ਉੱਥੇ ਉਹਨਾਂ ਨੂੰ ਹੋਰ ਕੋਈ ਕੰਮ ਹੀ ਹੈ ਨਹੀਂ। ਤੁਹਾਡਾ ਪੁਆਇੰਟ ਬਹੁਤ ਇੰਪੋਰਟੈਂਟ, ਬਹੁਤ ਵਧੀਆ ਪੁਆਇੰਟ ਤੁਸੀਂ ਬਣਾਇਆ। ਮੈਂ ਇੱਥੇ ਕਹਿਣਾ ਚਾਹੁੰਦੀ ਹਾਂ ਕਿ ਇਹਦਾ ਇੱਕ ਕਾਰਨ ਕੀ ਉਹ ਰਾਜਨੀਤੀ ਅਤੇ ਉਹ ਪੋਲੀਟਿਕਸ ਅਤੇ ਉਹ ਪਾਰਟੀਬਾਜ਼ੀ ਹੋ ਸਕਦੀ ਹੈ, ਬਿਕੋਜ਼ ਡਿਫਰੈਂਸ ਤਾਂ ਉਹੀ ਹੈ ਨਾ। ਇੱਥੇ US ਦੇ ਵਿੱਚ ਜਾਂ ਕੈਨੇਡਾ ਦੇ ਵਿੱਚ, ਮੈਂ US ਦੀ ਗੱਲ ਕਰਾਂਗੀ, ਚਲੋ US ਦੇ ਵਿੱਚ ਪੋਲੀਟਿਕਸ ਕਮਿਊਨਲ ਇਸ਼ੂਜ਼ ਦੇ ਸਿਰ 'ਤੇ ਨਹੀਂ ਚੱਲਦੇ, ਜੋ ਐਟਲੀਸਟ ਜੋ ਸਾਡੀ ਮਾਈਨੋਰਿਟੀ ਕਮਿਊਨਿਟੀਜ਼ ਦੇ ਵਿੱਚ ਦੇ ਇਸ਼ੂਜ਼ ਹਨ ਜੋ ਆਪਾਂ ਪਿੱਛੋਂ ਲੈ ਕੇ ਆਉਂਦੇ ਹਾਂ। ਇੱਥੇ ਦੇ ਇਸ਼ੂਜ਼ ਵੱਖਰੇ ਜ਼ਰੂਰ ਆ, ਬਟ ਅਗਰ ਆਪਾਂ ਇੱਕ ਫਰਕ ਲੱਭਣਾ ਹੋਏ ਇੱਥੇ ਕਿਉਂ ਉਸ ਚੀਜ਼ ਨੂੰ ਨਹੀਂ ਚੁੱਕਿਆ ਜਾਂਦਾ ਅਤੇ ਇੰਡੀਆ ਦੇ ਵਿੱਚ ਕਿਉਂ ਚੁੱਕਿਆ ਜਾਂਦਾ, ਇੱਕ ਤਾਂ ਤੁਹਾਡੀ ਟਾਈਮਿੰਗ ਹੈਗੀ ਕਿ ਇਲੈਕਸ਼ਨਸ ਆ ਰਹੇ ਹੈ, ਦੂਜੇ ਪਾਸੇ ਇਨ ਡਿਵੀਜ਼ਨਸ ਦੇ ਉੱਤੇ ਤਾਂ ਇਲੈਕਸ਼ਨਸ ਜਿੱਤੇ ਜਾਂ ਹਾਰੇ ਜਾਂਦੇ ਆ। ਸੋ ਆਈ ਮੀਨ ਯੂ ਨੋ, ਇੱਕ ਇਹ ਫਰਕ ਸਾਨੂੰ ਜ਼ਰੂਰ ਇੱਥੇ ਲੱਗਦਾ ਹੈ। ਹਾਂ ਭੈਣ ਜੀ, ਵੀ ਗੱਲ ਇਹ ਹੈ ਨਾ, ਇੱਥੇ ਕਿੰਨੇ ਹਿੰਦੂ ਲੜਕੇ ਲੜਕੀਆਂ ਨੇ ਅਤੇ ਸਿੱਖ ਪਰਿਵਾਰਾਂ ਨੇ, ਮਤਲਬ ਅਸੀਂ ਸਿੱਖ ਪਰਿਵਾਰ 'ਚੋਂ ਹਾਂ ਸਾਰੇ, ਕਿੰਨੇ ਕਿੰਨੇ ਮੁੰਡੇ, ਕਿੰਨੇ ਕੁੜੀਆਂ, ਕਿੰਨੇ ਬੱਚਿਆਂ ਨੇ ਆਪ 'ਚ ਗਏ ਆ, ਕਿਸੇ ਨੇ ਕਦੇ ਸਵਾਲ ਹੀ ਨਹੀਂ ਕੀਤਾ ਜੀ। ਜੀ, ਵੈਰੀ ਵੈਲਿਡ ਪੁਆਇੰਟ, ਵੈਰੀ ਵੈਲਿਡ ਪੁਆਇੰਟ, ਥੈਂਕ ਯੂ ਸੋ ਮੱਚ ਤੁਹਾਡੇ ਇਸ ਸਵਾਲ ਲਈ, ਇਸ ਕਮੈਂਟ ਲਈ, ਬਿਕੋਜ਼ ਇਹ ਉਸੇ ਚੀਜ਼ ਦੇ ਵੱਲ ਸਾਨੂੰ ਲੈ ਕੇ ਜਾਂਦਾ ਹੈ ਕਿ ਇਹ ਮੁੱਦਾ, ਇਹ ਸਟੋਰੀ ਆਖਿਰਕਾਰ ਹੈ ਕਿਸ ਚੀਜ਼ ਦੀ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਐਅਰ ਹੋ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਕੈਨੇਡਾ ਐਡਮਿਟਰ ਤੋਂ ਬੋਲਦਾ ਬੱਚੇ। ਹਾਂਜੀ ਹਾਂਜੀ, ਕਮਿਊਨਿਟੀ ਚ ਰੱਖਣਾ ਸਾਡਾ ਫਰਜ਼ ਬਣਦਾ ਹੈ ਕਿ ਸਾਰੀ ਕਮਿਊਨਿਟੀ ਇੱਕ ਹੋਵੇ, ਜਾਂ ਜੇ ਤੁਸੀਂ ਕਮਿਊਨਿਟੀ ਨਹੀਂ ਚੱਲਦੇ ਚਾਹੇ ਗੁੱਡੀ ਕੋਈ ਵੀ ਬੇਟੀ ਹੈ ਸਾਡੀ ਕਮਿਊਨਿਟੀ ਤੋਂ ਬਾਹਰ ਜਾਵੇ ਮੁਸਲਮਾਨ ਦੀ ਕੁੜੀ ਸਿੱਖਾਂ ਵਿਆਹ ਕਰਾ ਸਕਦੇ ਹਾਂ ਜੀ, ਇਹ ਵੀ ਹੈ। ਹੁਣ ਅਸੀਂ ਇੱਥੇ ਕੈਨੇਡਾ ਵਿੱਚ
ਜੇ ਤਾਂ ਸਾਡੇ ਕੁੱਤੀ ਗੋਰਾ ਵਿਆਹ ਕਰਾ ਲਵੇ ਤਾਂ ਬੜੀ ਭੰਡੀ ਕੁੱਤੀ ਜਾਂਦੀ ਹੈ। ਜੇ ਇੱਕ ਗੋਰੀ ਸਾਡੇ ਮੁੰਡੇ ਨਾਲ ਪੰਜਾਬੀ ਨਾਲ ਵਿਆਹ ਕਰਾ ਲਵੇ ਤਾਂ ਉਹ ਕਹਿੰਦੇ ਬੱਲੇ 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 ਬੱਲੇ। ਇਸ ਕਰਕੇ ਮੈਂ ਇਹ ਹੱਕ ਵਿੱਚ ਕਿਹਾ ਵੀ ਜੋ ਵੀ ਜਿੱਥੇ ਦਿਲ ਕਰਦਾ ਪਿਆਰ ਹੈ, ਜਿੱਥੇ ਪਿਆਰ ਹੋਊਗਾ ਹੋਊਗਾ, ਤੇ ਪਿਆਰ ਧਰਮ ਛੋਟੀ ਦੇਖਦਾ। ਜੀ ਥੈਂਕ ਯੂ ਸੋ ਮੱਚ ਅੰਕਲ, ਤੁਹਾਡਾ ਨਾਮ ਨਹੀਂ ਪੁੱਛਿਆ, ਕੈਨੇਡਾ ਤੋਂ ਸਾਡੇ ਸਿਆਣੇ ਸਾਡੇ ਬਜ਼ੁਰਗ ਅੰਕਲ ਨੇ ਇੱਕ ਵਾਰੀ ਫਿਰ ਇਸ ਪੁਆਇੰਟ ਨੂੰ ਦੁਹਰਾਇਆ ਕਿ ਜਦੋਂ ਇੱਥੇ ਖਾਸ ਕਰਕੇ ਜਦੋਂ ਕੋਈ ਪੰਜਾਬੀ ਕੁੜੀ ਗੋਰੇ ਨਾਲ ਵਿਆਹ ਕਰਾਉਂਦੀ ਜਾਂ ਕਿਸੇ ਹੋਰ ਕਮਿਊਨਿਟੀ ਦੇ ਵਿੱਚ ਜਾ ਕੇ ਵਿਆਹ ਕਰਾਉਂਦੀ ਹੈ ਉਹਨੂੰ ਆਪਾਂ ਹੋਰ ਤਰ੍ਹਾਂ ਵੇਖਦੇ ਹਾਂ, ਬਟ ਜਦੋਂ ਉਹਨਾਂ ਦੀ ਕੁੜੀ ਸਾਡੇ ਨਾਲ ਆਉਂਦੀ ਹੈ ਭਾਵੇਂ ਉਹ ਮੁਸਲਮਾਨ ਹੋਏ ਗੋਰੀ ਹੋਏ ਕੁਛ ਵੀ ਹੋਏ ਉਹਨੂੰ ਆਪਾਂ ਕਹਿੰਦੇ ਹਾਂ ਬੱਲੇ ਬੱਲੇ ਬੱਲੇ। ਸੋ ਇਹ ਜੋ ਆਪਾਂ ਕਹਿ ਸਕਦੇ ਡਬਲ ਸਟੈਂਡਰਡ ਹੈਗਾ, ਇੱਕ ਤਾਂ ਇਹ ਚੀਜ਼ ਹੈ ਅਤੇ ਦੂਜੀ ਚੀਜ਼ ਇੰਡੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਇਹ ਡਬਲ ਸਟੈਂਡਰਡ ਕਿਸ ਕਾਰਨ ਕਰਕੇ ਦੇਖਿਆ ਜਾ ਰਿਹਾ? ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਰਾਜਕੁਮਾਰ ਬੋਲ ਰਿਹਾ। ਸਤਿ ਸ਼੍ਰੀ ਅਕਾਲ ਰਾਜਕੁਮਾਰ ਜੀ, ਦੱਸੋ। ਜਿਹੜੇ ਮਸਲੇ ਹੈ ਇਹ ਸਾਰੀ ਦੁਨੀਆਂ ਜਾਣਦੀ ਹੈ, ਇਹ ਜੰਗਜਾਹਰ ਹੈ ਕਿ ਜੋ ਕੁਛ ਸਿੱਖ ਕਰਦੇ ਰਹੇ ਆ ਸਿੱਖਾਂ ਦੇ ਘਰਾਂ ਵਿੱਚ ਕੀ ਹੁੰਦਾ ਰਿਹਾ, ਘਰ ਕਿਸ ਤਰ੍ਹਾਂ ਹਿੰਦੂ ਪਰਿਵਾਰਾਂ ਵਿੱਚ ਕੀ ਕਰਦੇ ਰਹੇ, ਸਿੱਖ ਧਰਮ ਦੇ ਲੋਕ ਜਿਹੜੇ ਕਰਦੇ ਰਹੇ ਆ, ਇੱਕ ਸ਼ਾਬਾਸ਼ੀ ਵਾਲਾ ਕੰਮ ਸੀ ਜੋ ਕਿ ਸਿੱਖ ਧਰਮ ਨੇ ਨਿਭਾਇਆ, ਅਤੇ ਇਹ ਗੱਲਾਂ ਕਰਨ ਵਾਲੀਆਂ ਨਹੀਂ ਹੈ। ਜਿਹੜੀ ਗੱਲ ਕਰਨ ਵਾਲੀ ਹੈ ਇਹ ਹੈ ਕਿ ਜੋ ਵੀ ਹੋਇਆ ਇਹ ਮਾੜਾ ਹੋਇਆ, ਬਹੁਤ ਬੁਰੀ ਗੱਲ ਹੋਈ, ਅਤੇ ਇਹ ਚੀਜ਼ ਜਿਹੜਾ ਹੋਇਆ ਜੋ ਵੀ ਲਖੋ ਲਿਆ ਗਿਆ ਕਰ ਲਿਆ ਗਿਆ, ਵਟ ਐਵਰ ਇਟ ਇਜ਼ ਡਨ ਯੂ ਨੋ, ਅਤੇ ਮੈਂ ਇਹ ਚੀਜ਼ ਚਾਹੁੰਦਾ ਕਿ ਉੱਥੇ ਦੀ ਸਰਕਾਰ ਜਿਹੜੀ ਹੈ ਸ਼ਰਮਸਾਰ ਹੈ, ਇਸ ਨੂੰ ਸ਼ਰਮਸਾਰ ਸ਼ਰਮ ਹੋਣੀ ਚਾਹੀਦੀ ਹੈ, ਅਤੇ ਇਹ ਇਹ ਕੀ ਕਰਨ ਬੈਠੇ ਉੱਥੇ, ਅਤੇ ਇਹ ਨਹੀਂ ਰੋਕ ਸਕਦੇ, ਅਤੇ ਇਹ ਕੀ ਕਰਨ ਬੈਠੇ ਉੱਥੇ। ਜੀ ਜੀ ਥੈਂਕ ਯੂ ਸੋ ਮੱਚ ਰਾਜਕੁਮਾਰ ਜੀ, ਤੁਸੀਂ ਉੱਥੇ ਦੀ ਸਰਕਾਰ ਦੀ ਗੱਲ ਕੀਤੀ ਅਤੇ ਜੰਮੂ ਕਸ਼ਮੀਰ ਟੈਰੀਟੋਰੀਜ਼ ਦੇ ਵੱਖ ਵੱਖ ਜੋ ਪੋਲੀਟੀਸ਼ੀਅਨਸ ਹਨ ਉਹਨਾਂ ਦੇ ਵੀ ਬਿਆਨ ਤੁਹਾਡੇ ਨਾਲ ਸਾਂਝੇ ਕਰਦੇ ਆ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈ ਰਹੇ ਹਾਂ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਲਾਈਵ ਤੁਹਾਡੇ ਨਾਲ ਹਾਜ਼ਰ ਹੋਏ ਹਾਂ, ਜ਼ਰੂਰ ਕਾਲ ਕਰਕੇ ਆਪਣੇ ਵਿਚਾਰ ਇਸ ਮੁੱਦੇ 'ਤੇ ਸਾਡੇ ਨਾਲ ਸਾਂਝੇ ਕਰੋ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਇੱਕ ਵਾਰੀ ਫਿਰ ਹਾਜ਼ਰ ਹੋਇਆ ਲਾਈਵ ਤੁਹਾਡੇ ਨਾਲ ਜੁੜੇ ਹਨ, ਤੁਸੀਂ ਵੀ ਅੱਜ ਕਾਲ ਕਰਕੇ ਸਾਡੇ ਨਾਲ ਜੁੜੋ। ਬਹੁਤ ਹੀ ਗੰਭੀਰ ਅਤੇ ਗਰਮ ਮੁੱਦੇ ਦੀ ਗੱਲ ਹੋ ਰਹੀ ਹੈ ਕਸ਼ਮੀਰ ਦੇ ਵਿੱਚ, ਸਿੱਖ ਕੁੜੀਆਂ ਨੂੰ ਕੀ ਉਹਨਾਂ ਦੀ ਤੁਸੀਂ ਕਹਿ ਲਓ ਵਿਲਿੰਗਨੈਸ ਤੋਂ ਬਜਾਏ ਉਹਨਾਂ ਨੂੰ ਕਨਵਰਟ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਮੁਸਲਮਾਨ ਬਣਾ ਕੇ ਉਹਨਾਂ ਦੇ ਵਿਆਹ ਕੀਤੇ ਜਾ ਰਹੇ ਜਾਂ ਕੁਛ ਹੋਰ ਸਿਚੁਏਸ਼ਨ ਇੱਥੇ ਡਿਵੈਲਪ ਹੋ ਰਹੀ ਹੈ? ਆਫਕੋਰਸ ਇੱਕ ਸਿੱਖ ਹੋਣ ਦੇ ਨਾਤੇ ਸਾਨੂੰ ਦੁੱਖ ਹੁੰਦਾ ਹੈ ਅਤੇ ਗੁੱਸਾ ਵੀ ਆਉਂਦਾ ਹੈ ਕਿ ਸਾਡੀ ਕੁੜੀਆਂ ਦੇ ਨਾਲ ਕਿਸ ਤਰ੍ਹਾਂ ਦਾ ਵਿਤਕਰਾ ਹੋ ਰਿਹਾ ਹੈ, ਬਟ ਕੁੜੀਆਂ ਦੇ ਨਾਲ ਵਿਤਕਰਾ ਸਿਰਫ ਸਾਨੂੰ ਇੱਕ ਸਿੱਖ ਕੁੜੀ ਦੇ ਨਾਲ ਕਰਕੇ ਨਹੀਂ ਹੁੰਦਾ, ਕਿਸੇ ਵੀ ਕੁੜੀ ਦੇ ਨਾਲ ਜਦੋਂ ਇਹੋ ਜਿਹਾ ਟ੍ਰੀਟਮੈਂਟ ਹੁੰਦਾ ਸਾਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਇੱਕ ਮਾਸੂਮ ਕੁੜੀ ਨੂੰ ਇੱਕ ਪੋਲੀਟੀਕਲ ਪੌਨ ਬਣਾਇਆ ਜਾ ਰਿਹਾ, ਉਹਦੇ ਸਿਰ 'ਤੇ ਰਾਜਨੀਤੀ ਖੇਡੀ ਜਾ ਰਹੀ ਹੈ, ਜਾਂ ਕੀ ਜੋ ਸਾਨੂੰ ਦੱਸਿਆ ਜਾ ਰਿਹਾ ਜੋ ਵੱਖ ਵੱਖ ਸਾਈਡਸ ਆਪਣੇ ਫੈਕਟਸ ਦੱਸ ਰਹੇ ਉਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਬਿਕੋਜ਼ ਇਸ ਸਟੋਰੀ ਨੂੰ ਲੈ ਕੇ ਸ਼ਾਇਦ ਅਗਰ ਤੁਸੀਂ ਇਸ ਸਟੋਰੀ ਨੂੰ ਕੁਝ ਪਿਛਲੇ ਦਿਨਾਂ ਦੇ ਵਿੱਚ ਫੋਲੋ ਕਰ ਰਹੇ ਹੋ, ਡਿਫਰੈਂਟ ਚੀਜ਼ਾਂ ਸੁਣਨ ਨੂੰ ਮਿਲ ਰਹੀ ਹੈ। ਕਈ ਨਿਊਜ਼ ਸੋਰਸਿਸ ਕਹਿ ਰਹੇ ਕਿ ਜੋ ਕੁੜੀਆਂ ਸੀਗੀਆਂ ਉਹ ਅੰਡਰ ਏਜ ਸੀਗੀ, 18 ਤੋਂ ਉਹਨਾਂ ਦੀ ਕਮ ਦੀ ਉਮਰ ਸੀ, ਅਤੇ ਉਹਨਾਂ ਦਾ ਜੋ ਵਿਆਹ ਹੋਇਆ ਉਹ ਬਜ਼ੁਰਗਾਂ ਦੇ ਨਾਲ ਹੋਇਆ, ਬਜ਼ੁਰਗ ਮੁਸਲਮਾਨਾਂ ਨੇ ਉਹਨਾਂ ਨੂੰ ਚੱਕ ਕੇ ਕਿਡਨੈਪ ਕਰਕੇ ਇਸ ਕੁੜੀ ਦੇ ਨਾਲ ਤਾਂ ਜੋ ਇਹ ਵਾਲੀ ਹੈਗੀ ਆਪਣੀ ਮਨਮੀਤ ਕੌਰ ਇਹਨੂੰ ਤਾਂ ਗਨ ਪੁਆਇੰਟ 'ਤੇ ਕਿਡਨੈਪ ਕੀਤਾ ਗਿਆ ਅਤੇ ਇਹਨੂੰ ਇਹਦੀ ਮਰਜ਼ੀ ਦੇ ਖਿਲਾਫ ਕਨਵਰਟ ਕਰਕੇ ਇੱਕ ਬੁੱਢੇ ਦੇ ਨਾਲ ਇਹਦਾ ਵਿਆਹ ਕਰਤਾ। ਜੰਮੂ ਐਂਡ ਕਸ਼ਮੀਰ ਦੇ ਜੋ ਇਲੈਕਟਿਡ ਅਫੀਸ਼ਲਸ ਹਨ, ਜੋ ਉਹਨਾਂ ਦਾ ਮੈਂ ਤੁਹਾਨੂੰ ਹੁਣੇ ਦੱਸਦੀ ਹਾਂ, ਪੀਪਲਸ ਡੈਮੋਕ੍ਰੈਟਿਕ ਪਾਰਟੀ ਲੀਡਰ ਮਹਿਬੂਬਾ ਮੁਫਤੀ, ਨੈਸ਼ਨਲ ਕਾਨਫਰੰਸ ਲੀਡਰ ਓਮਰ ਅਬਦੁੱਲਾ ਐਂਡ ਸ੍ਰੀਨਗਰ ਮੇਅਰ ਜੁਨੈਦ ਅਜ਼ੀਮ ਮਾਟੂ, ਇਹਨਾਂ ਨੇ ਕਿਹਾ ਕਿ ਇਹ ਸਾਰੇ ਫੈਕਟਸ ਬਿਲਕੁਲ ਗਲਤ ਹੈਗੇ ਕਿ ਨਾ ਕਿ ਇਹ ਫੋਰਸਡ ਕਨਵਰਜ਼ਨ ਸੀਗੀ, ਦੈਟ ਉਹਨਾਂ ਦਾ ਹੀ ਲਵ ਮੈਰਿਜ ਸੀ, ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕੀਤੇ ਕੁੜੀਆਂ ਨੇ, ਐਂਡ ਉਹਨਾਂ ਦੀ ਉਮਰ ਵੀ ਮਾਈਨਰ ਨਹੀਂ ਸੀਗੀ ਕਿ ਮਨਮੀਤ ਕੌਰ ਦੀ ਉਮਰ ਅਰਲੀ 20s ਵਿੱਚ ਦੱਸੀ ਗਈ ਹੈ, ਜੋ ਦੂਜੀ ਲੜਕੀ ਸੀਗੀ ਦਨਮੀਤ ਕੌਰ ਉਹਦੀ ਉਮਰ 24 ਦੀ ਦੱਸੀ ਗਈ ਹੈ, ਅਤੇ ਜਿਨ੍ਹਾਂ ਦੇ ਨਾਲ ਇਹਨਾਂ ਦਾ ਵਿਆਹ ਹੋਇਆ ਉਹ ਵੀ ਕੋਈ ਬੁੱਢੇ ਬਜ਼ੁਰਗ ਨਹੀਂ ਸੀਗੇ, ਉਹ ਵੀ ਨੌਜਵਾਨ ਮੁੰਡੇ ਸੀਗੇ। ਸੋ ਡਿਫਰੈਂਟ ਸਾਈਡ ਸਾਨੂੰ ਡਿਫਰੈਂਟ ਸਟੋਰੀਜ਼ ਦੱਸ ਰਹੀ ਹੈ, ਆਖਿਰਕਾਰ ਇਹਦੇ ਵਿੱਚ ਸੱਚਾਈ ਹੈ ਕੀ ਐਂਡ ਕਿਉਂ ਵੱਖ ਵੱਖ ਸਾਨੂੰ ਚੀਜ਼ਾਂ ਸੁਣਨ ਨੂੰ ਮਿਲ ਰਹੀ ਹੈ?
ਕਿੰਨੂੰ ਫਾਇਦਾ ਹੋਏਗਾ ਇਸ ਸਟੋਰੀ ਦੇ ਨਾਲ, ਸਾਨੂੰ ਉਹ ਪੁੱਛਣਾ ਚਾਹੀਦਾ। ਕਾਲਰ ਸਾਡੇ ਨਾਲ ਜੁੜ ਚੁੱਕੇ ਹਨ। ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਯੈਸ, ਮੈਂ ਕੁਝ ਹੋਰ ਪਰਸਪੈਕਟਿਵ ਦੇ ਨਾਲ ਇਸ ਇਸ਼ੂ ਨੂੰ ਲੈਣਾ ਚਾਹੁੰਦਾ ਜੀ। ਇਹ ਜ਼ਰੂਰ ਹੈ ਕਿ ਇੱਕ ਜਿਸ ਹਿਊਮਨ ਰਾਈਟ ਦੇ ਵਿੱਚ ਜੋ ਲੜਕੀ ਨੂੰ ਪਸੰਦ ਹੈ ਉਹ ਹੋਣਾ ਚਾਹੀਦਾ, ਪ੍ਰੋਵਾਈਡਿਡ ਜੇ 18 ਸਾਲ ਦੀ ਕੁੜੀ ਹੈ ਤਾਂ ਉਹਦੀ ਮੈਚੋਰਿਟੀ ਬੜੀ ਘੱਟ ਹੈ ਅਤੇ ਉਹਦੀ ਐਜੂਕੇਸ਼ਨ ਘੱਟ ਹੈ। ਸਪੈਸ਼ਲੀ ਕਸ਼ਮੀਰ ਦੇ ਵਿੱਚ ਸਿੱਖਾਂ ਦੀ ਐਜੂਕੇਸ਼ਨ ਕਾਫੀ ਘੱਟ ਹੈ, ਅਗਰ ਦੇਖਿਆ ਜਾਏ ਉਹਨਾਂ ਦੀ ਐਕਡੈਮਿਕ ਪੁਆਇੰਟ ਆਫ ਵਿਊ ਨਾਲੋਂ ਕਾਫੀ ਪਿਛੜੇ ਹੋਏ ਨੇ ਕੰਪੇਅਰਿੰਗ ਅਦਰ ਸਿੱਖ ਇਨ ਪੰਜਾਬ ਐਂਡ ਦਿੱਲੀ ਐਂਡ ਆਲ ਦੈਟ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਕੰਪੈਰੇਟਿਵ ਰਿਲੀਜਨ ਸਟੱਡੀ ਕਰਨਾ ਅਤੇ ਉਹਦੇ ਵਿੱਚ ਸਭ ਤੋਂ ਡਰੋਬੈਕ ਜਿਹੜੀ ਚੀਜ਼ ਹੈ ਨਾ ਇਸਲਾਮ ਦੇ ਵਿੱਚ, ਆਈ ਡੋਂਟ ਹਾਈਡ ਇਟ, ਬਲੈਕ ਐਂਡ ਵਾਈਟ ਹਰ ਜਗ੍ਹਾ ਹੈਗਾ ਕਿ ਵੂਮੈਨ ਇਜ਼ ਟ੍ਰੀਟਡ ਮਿਸਟ੍ਰੀਟਡ ਥਰੂ ਰਿਲੀਜਨ ਔਰ ਥਿਓਲੋਜੀਕਲੀ, ਵੇਅਰ ਐਸ ਥਿਓਲੋਜੀਕਲੀ ਸਿੱਖ ਵੂਮੈਨ ਇਜ਼ ਇਕੁਅਲ, ਵਿਚ ਆਵਰ ਗਰਲਸ ਆਰ ਮੇਡ ਅਵੇਅਰ ਆਫ ਆਲ ਦਿਸ। ਇਹ ਸਾਰਾ ਕੁਝ ਉਹਨਾਂ ਨੂੰ ਦੱਸਿਆ ਗਿਆ ਹੋਵੇ ਕਿ ਬਈ ਸਾਡੇ ਪੇਰੈਂਟਸ ਦੱਸਦੇ ਹੋਣ ਕਰਦੇ ਹੋਣ ਅਤੇ ਇਹ ਇਸ਼ੂਜ ਆਉਣਗੇ ਨਹੀਂ। ਪਰ ਮੈਂ ਹਿਊਮਨ ਰਾਈਟ ਦੇ ਵਿੱਚ ਬਿਲੀਵ ਕਰਨਾ, ਅਗਰ ਕੋਈ ਵਿਆਹ ਕਰਨਾ ਚਾਹੁੰਦਾ ਇਟ ਇਜ਼ ਹਰ ਉਹਦਾ ਹੱਕ ਹੈ, ਉਹਦਾ ਮਰਜ਼ੀ ਹੈ, ਉਹਦੀ ਐਵ ਹੈ, ਪਰ ਸਾਨੂੰ ਆਪਣੇ ਫਰਜ਼ ਉਸ ਤੋਂ ਪਹਿਲਾਂ ਪੂਰੇ ਕਰਨੇ ਚਾਹੀਦੇ ਆ। ਔਰ ਬਾਅਦ ਦੇ ਵਿੱਚ ਇਹੀ ਕੁੜੀਆਂ ਪਛਤਾਉਂਦੀਆਂ ਨੇ, ਇਹੀ ਕੁੜੀਆਂ ਨੂੰ ਛੱਡ ਦਿੰਦੇ ਨੇ ਐਂਡ ਦੈਨ ਪੇਰੈਂਟਸ ਐਕਸੈਪਟ ਨਹੀਂ ਕਰਦੇ ਆਲ ਦੈਟ। ਆਈ ਹੈਵ ਕਮ ਅਕ੍ਰੋਸ ਮੈਨੀ ਥਿੰਗ, ਮੇਰੀ ਏਜ 75 ਦੇ ਕਰੀਬ ਹੈਗੀ ਹੈ ਅਤੇ ਆਈ ਐਮ ਅਵੇਅਰ ਵੈ, ਔਰ ਮੈਂ ਇੱਥੇ ਕਾਫੀ ਦੇਰ ਤੋਂ ਰਹਿੰਦਾ, ਓਵਰ 50 ਈਅਰਸ ਤੋਂ ਅਮੈਰੀਕਾ 'ਚ ਰਹਿੰਦਾ, ਬਟ ਆਈ ਫੀਲ ਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹਦੇ ਉੱਤੇ ਸਾਡੀ ਕੌਮ ਨੂੰ ਬੜਾ ਵਰਕ ਕਰਨ ਦੀ ਲੋੜ ਹੈ, ਬਹੁਤ ਸਮਝਣ ਦੀ ਲੋੜ ਹੈ, ਬੜਾ ਕੁਝ ਕਰਨ ਦੀ ਲੋੜ ਹੈ ਜਿਹੜਾ ਕਿ ਅਸੀਂ ਇਗਨੋਰ ਕਰਨੇ ਹਾਂ। ਅਤੇ ਜਿਸ ਤਰ੍ਹਾਂ ਜੂਸ ਨੇ ਦੇ ਕੇਅਰ ਫੋਰ ਦੇ ਕਮਿਊਨਿਟੀ, ਵੀ ਡੋਂਟ, ਅਸੀਂ ਲੋਕ ਕਿਉਂ ਭੁੱਲ ਜਾਂਦੇ ਹਾਂ, ਸਮਝ ਨਹੀਂ ਆਉਂਦੀ ਕਿ ਫਿਊਲ। ਹੁਣ ਮੈਨੂੰ ਸਭ ਤੋਂ ਵੱਡੀ ਇੱਕ ਗੱਲ ਜਿਹੜੀ ਇਹਦੇ ਸਭ ਤੋਂ ਚੰਗੀ ਨਹੀਂ ਲੱਗੀ, ਕੁੜੀ ਅੱਜ ਛੁੱਟ ਕੇ ਆ ਰਹੀ ਹੈ ਤੇ ਉਹਦਾ ਕੁਝ ਘੰਟਿਆਂ ਦੇ ਤੁਸੀਂ ਵਿਆਹ ਕਰ ਦਿੰਦੇ ਹੋ 18 ਸਾਲ ਦੀ, ਕੱਲ ਨੂੰ ਉਹਦੇ ਚ ਕੋਈ ਪ੍ਰੋਬਲਮ ਆ ਗਈ ਤੁਹਾਡੀ ਕਿੰਨੀ ਬੇਇੱਜ਼ਤੀ ਹੋਏਗੀ। ਜਸਟ ਥਿੰਕ ਦੈਟ, ਐਨਲਾਈਜ਼ ਇਟ। ਜੀ ਜੀ ਜੀ, ਥੈਂਕ ਯੂ ਸੋ ਮਚ ਸਰ। ਤੁਹਾਡਾ ਕੀ ਨਾਮ ਸੀਗਾ? ਓਕੇ ਜੀ, ਹਾਂਜੀ, ਤੁਹਾਡਾ ਕੀ ਨਾਮ ਹੈ? ਮੈਂ ਨਹੀਂ ਦੱਸਣਾ ਚਾਹੁੰਦਾ ਆਪਣਾ ਨਾਮ, ਬਿਕੋਜ਼ ਆਈ ਐਮ ਵੈਰੀ ਵੈਲ ਨੋਨ ਇਨ ਦਾ ਕਮਿਊਨਿਟੀ ਐਂਡ ਆਈ ਮੈਨੂੰ ਇੱਥੇ ਹੀ ਰਹਿੰਦੇ ਹੋ, ਬਸ ਮੇਰੀ ਆਵਾਜ਼ ਤੇ ਲੋਕੀ ਪਛਾਣ ਜਾਂਦੇ ਆ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਤੁਹਾਡੇ ਕਮੈਂਟ ਲਈ। ਐਂਡ ਆਈ ਮੀਨ, ਅਗਰ ਤੁਸੀਂ ਇਤਿਹਾਸ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕਰੀਬੀ ਰੱਖਦੇ ਹੋ, ਅਗਰ ਤੁਸੀਂ ਹਿਸਟਰੀ ਪੜ੍ਹਦੇ ਹੋ, ਖਾਸ ਕਰਕੇ ਸਿੱਖ ਹਿਸਟਰੀ, ਯੈਸ, ਸਾਡੀ ਇਕੁਆਲਿਟੀ ਜੋ ਗੁਰੂ ਨਾਨਕ ਦੇਵ ਜੀ ਨੇ 500 ਵੱਧ ਸਾਲ ਪਹਿਲੇ ਸਾਨੂੰ ਜੋ ਇਕੁਆਲਿਟੀ ਦਿਖਾਈ ਸੀ, ਸਿਖਾਈ ਸੀ, ਉਹ ਅੱਜ ਵੀ ਅੱਜ ਦੇ ਡੇਟ, ਅੱਜ ਦੇ ਸਟੈਂਡਰਡਸ ਤੋਂ ਵੀ ਮਾਡਰਨ ਹੈਗੀ, ਪ੍ਰੋਗਰੈਸਿਵ ਹੈ। ਇਹ ਤਾਂ ਉਹਨਾਂ ਨੇ 500 ਸਾਲ ਪਹਿਲੇ ਸਾਨੂੰ ਦਿਖਾਤੀ ਸੀ। ਸੋ ਯੈਸ, ਸਿੱਖਾਂ ਦੇ ਵਿੱਚ ਐਂਡ ਇਹ ਸਿਰਫ ਮੁਸਲਿਮ ਰਿਲੀਜਨ ਨਹੀਂ ਹੈਗੇ, ਜਿਸ ਤਰ੍ਹਾਂ ਕਾਲਰ ਨੇ ਕਿਹਾ ਉਹ ਕੰਪੈਰੇਟਿਵ ਰਿਲੀਜਨ ਦੇ ਇੱਕ ਐਕਸਪਰਟ ਹਨ। ਇਹ ਚੀਜ਼ ਸਾਰੇ ਏਬਰਾਹਮਿਕ ਜੋ ਰਿਲੀਜਨਸ ਹਨ, ਤੁਹਾਡੇ ਕ੍ਰਿਸਚਨਸ, ਕੈਥੋਲਿਕ, ਜੂਸ ਅਤੇ ਇਸਲਾਮ, ਇਹ ਸਾਰੇ ਏਬਰਾਹਮਿਕ ਰਿਲੀਜਨਸ ਹੈਗੇ, ਇਹਨਾਂ ਦੇ ਵਿੱਚ ਔਰਤ ਨੂੰ ਇੱਕ ਵੱਖਰਾ ਦਰਜਾ ਦਿੱਤਾ ਗਿਆ ਹੈ ਇੱਕ ਮਰਦ ਦੇ ਨਾਲ ਕੰਪੈਰੇਟਿਵਲੀ। ਸਾਡੇ ਸਿੱਖ ਧਰਮ ਦੇ ਵਿੱਚ ਨਾ ਔਰਤ ਦੇ ਆਦਮੀ ਦੇ ਵਿੱਚ ਫਰਕ, ਨਾ ਜਾਤ ਜਾਂ ਪਾਤ ਜਾਂ ਅਮੀਰ ਗਰੀਬ ਦਾ ਫਰਕ ਕਦੀ ਵੀ ਰੱਖਿਆ ਗਿਆ। ਇਸ ਕਰਕੇ ਤਾਂ ਆਪਾਂ ਸੰਗਤ ਦੇ ਵਿੱਚ ਜਾਂ ਲੰਗਰ ਦੇ ਵਿੱਚ ਫਲੋਰ 'ਤੇ ਬਹਿ ਕੇ ਇੱਕ ਦੂਜੇ ਨਾਲ ਇਕੁਅਲ ਤਰੀਕੇ ਦੇ ਨਾਲ ਵਰਤਦੇ ਹਾਂ। ਬਟ ਜਦੋਂ ਇਕੁਆਲਿਟੀ ਦੀ ਗੱਲ ਆਉਂਦੀ ਹੈ ਤਾਂ ਫਿਰ ਇੱਕ ਵਾਰੀ ਫਿਰ ਇਕੁਆਲਿਟੀ ਹੋਣੀ ਚਾਹੀਦੀ ਹੈ। ਆਫਕੋਰਸ, ਸੋਚ, ਪੜ੍ਹਾਈ ਲਿਖਾਈ, ਡਿਵੈਲਪਮੈਂਟ, ਇਨ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਇਕੁਆਲਿਟੀ ਇਹ ਵੀ ਸਾਨੂੰ ਸਿਖਾਉਂਦੀ ਹੈ ਕਿ ਜਿਸ ਤਰ੍ਹਾਂ ਪਹਿਲੇ ਵੀ ਕਾਲਰਸ ਨੇ ਕਿਹਾ, ਅਗਰ ਕੁੜੀ ਕਹਿ ਰਹੀ ਹੈ, ਆਪਣੇ ਵੱਲੋਂ ਕਹਿ ਰਹੀ ਹੈ ਕਿ ਇਹ ਮੇਰਾ ਡਿਸੀਜਨ ਸੀਗਾ, ਮੈਂ ਪੜ੍ਹੀ ਲਿਖੀ ਹਾਂ, ਮੈਨੂੰ ਪਿਆਰ ਹੋਇਆ ਕਿਸੇ ਮੁੰਡੇ ਦੇ ਨਾਲ, ਉਹ ਕੀ ਉਹਦਾ ਅਧਿਕਾਰ ਬਣਦਾ ਹੈ ਜਾਂ ਕਿਸੇ ਹੋਰ ਦੀ ਉਹ ਰਿਸਪੋਂਸੀਬਿਲਟੀ ਬਣ ਜਾਂਦੀ ਹੈ ਉਸ ਕੁੜੀ ਨੂੰ ਦੱਸਣਾ ਕਿ ਨਹੀਂ, ਇਹ ਨਹੀਂ ਤੂੰ ਕਰ ਸਕਦੀ। ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਅਸ਼ਮਿਤਾ ਜੀ। ਹਾਂਜੀ, ਮੈਂ ਮਨਮੋਹਨ ਸਿੰਘ ਫਰੋਮ ਮਿਸ਼ੀਗਨ। ਸਤਿ ਸ਼੍ਰੀ ਅਕਾਲ। ਸਿੰਪਲ ਪੁਆਇੰਟ ਇਜ਼ ਵੈਰੀ ਵੈਰੀ ਸਿੰਪਲ ਜੀ। ਅਸੀਂ ਓਵਰ ਜਨਰੇਸ਼ਨਸ ਵਿਮ
man has been the cause of fighting. Second, emotions are being raised. जी emotions are being raised for nothing. The very knowledgeable person who has just spoken कि कल उन्हें छुड़ा के ले आज जो दा ब्याह कर देता जी person who चौथे नू उससे कोई ना कोई इल्जाम ला दूंगे कुछ तो community नू patience होनी चाहिए या कुछ pregnancy statesmanship होनी चाहिए या as on date Muslim has been pushed to the wall and no Muslim boy could ever be think of taking away the girl of a Sikh, particularly Sikh. जी. I agree. The rest of the people are religions are as respectable as the Sikhs are, but nobody will ever think why this Sirsa person is taking thekedari of the Sikhs, and why is not taking the confidentiality of the परवार हाँ जी बिल्कुल you should have spoken to the mother of the daughters जी जी rather than bringing all the persons jawans and everybody on the roads जी 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 what is this जी this is there is a good relationship all over the world between the Muslims and the Sikhs absolutely and we have forgotten the bitter past and this person just I don't know I will not say politics or this and that हाँ जी should we not have some patience that's the question जी should we not have some privacy yeah even the supreme court says not to publish the photo of a minor yes even if she's raped or somebody bilkul thank you so much Manmohan ji really appreciate tode ne suljhe hoye wise remarks tusi share kite in sare jo a situation de vich develop hunde hoye vakhre vakhre pakh hege ede vich ik cheez da kisi da dhyan hi nahi ja reha ke kudi nu ik din reha karke kuch ਘੰਟਿਆਂ ਬਾਅਦ ਫਿਊ ਆਵਰਸ ਸੇਮ ਡੇ ਉਹਦਾ ਵਿਆਹ ਕਿਸੇ ਹੋਰ ਦੇ ਨਾਲ ਕਰਤਾ ਦਿਸ ਇਜ਼ ਸ਼ਰਮਨਾਕ ਇੱਕ ਕਿਸਮ ਦੀ ਇਹ ਚੀਜ਼ ਹੈਗੀ ਸਤਿ ਸ਼੍ਰੀ ਅਕਾਲ ਤੁਸੀਂ ਔਨ ਏਅਰ ਹੋ ਯੈਸ ਆਈ ਵਾਂਟ ਟੂ ਟਾਕ ਅਬਾਊਟ ਦਿਸ ਟੌਪਿਕ ਹਾਂਜੀ ਤੁਸੀਂ ਲਾਈਵ ਲਾਈਵ ਔਨ ਏਅਰ ਹੋ ਸਰ ਦੱਸੋ ਓਕੇ ਅੱਜ ਦਾ ਮੁੱਦਾ ਟੌਪਿਕ ਇਸ ਵੈਰੀ sensitive question. I don't know how I can explain that. Ji. But everything going on over here in America, but the problem with the people over there in Punjab or India, why they're making it a big issue that the Sikh girl cannot marry to Muslim or Hindu or any kind of Christian. There are a lot of examples in America that all girls, they are going out of culture and they don't care about that Sikhism. No, when they do somebody, they don't ask them, but their religion is. Ji, ji. It's religion only in Punjab. Over here, new generation, they don't care about who you are, whom they love, they marry to him. ਜੀ 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 ਬਿਲਕੁਲ ਬਿਲਕੁਲ ਥੈਂਕ ਯੂ ਤੁਹਾਡੇ ਇਸ ਕਮੈਂਟ ਲਈ ਸਾਡੇ ਬਜ਼ੁਰਗ ਕਿੰਨੇ ਸਿਆਣੇ ਹੁੰਦੇ ਆ ਬਟ ਇੰਡੀਆ ਦੇ ਵਿੱਚ ਇਸੇ ਕਰਕੇ ਇਹ ਜੋ ਲਵ ਜਿਹਾਦ ਦਾ ਇੱਕ ਟਰਮ ਜੀ ਬਣ ਗਈ ਹੈ ਬਾਰ ਬਾਰ ਸੁਣਨ ਨੂੰ ਮਿਲਦੀ ਕਿ ਲਵ ਜਿਹਾਦ ਹੋ ਰਹੀ ਹੈ ਸਰਕਾਰ ਵੱਲੋਂ ਨੌਜਵਾਨਾਂ ਦੇ ਖਿਲਾਫ ਸ਼ਾਇਦ ਇਹ ਇੱਕ ਇਹੋ ਜਿਹਾ ਹੀ ਇਗਜ਼ਾਮਪਲ ਹੈ ਸਤਿ ਸ਼੍ਰੀ ਅਕਾਲ ਤੁਸੀਂ ਔਨ ਏਅਰ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਮਹੀਪਾਲ ਸਿੰਘ ਬੋਲ ਰਿਹਾ ਸਤਿ ਸ਼੍ਰੀ ਅਕਾਲ ਮਹੀਪਾਲ ਜੀ ਹਾਂਜੀ ਤੁਸੀਂ ਔਨ ਏਅਰ ਹੋ ਦੱਸੋ ਹਾਂਜੀ ਮੈਂ ਆਪਣੇ ਕਮੈਂਟਸ ਦੇਣਾ ਚਾਹੁੰਦਾ ਤੁਸੀਂ ਮੈਂਸ਼ਨ ਕੀਤਾ ਕਿ ਕੁੜੀ ਦੇ ਰਾਈਟਸ ਦੇ ਬਾਰੇ ਕਿ ਉਹ ਕਿਸੇ ਮੁਸਲਮਾਨ ਨਾਲ ਵਿਆਹ ਕਰਾ ਸਕਦੀ ਹੈ ਜੀ ਔਨ ਦਾ ਕੰਟਰੀ ਜਿਹੜੇ ਪੇਰੈਂਟਸ ਹੁੰਦੇ ਨੇ ਉਹਨਾਂ ਦੇ ਵੀ ਕੁਝ ਰਾਈਟਸ ਹੁੰਦੇ ਨੇ ਜੀ ਕਿ ਬੱਚੇ ਜਿਹੜੇ ਹੈਗੇ ਨੇ ਉਹਨਾਂ ਦੀ ਇੱਜ਼ਤ ਦੇ ਨਾਲ ਨਾ ਪਲੇ ਕਰਨ ਬਿਲਕੁਲ ਅੱਜ ਦੀ ਰੇਟ ਦੇ ਵਿੱਚ ਜਿੰਨੀ ਸਾਡੀ ਸਿੱਖ ਕਮਿਊਨਿਟੀ ਹੈ ਤੁਸੀਂ ਉਹਨਾਂ ਨੂੰ ਕਿਸੇ ਨੂੰ ਪੁੱਛੋ ਉਹ ਆਪਣੀ ਧੀ ਕਿਸੇ ਮੁਸਲਮਾਨ ਦੇ ਘਰ ਵਿਆਹ ਦੇਣਗੇ ਆਪਣੀ ਮਰਜ਼ੀ ਦੇ ਨਾਲ ਨੋ ਤੇ ਜਿਹੜੀ ਉਹ ਬੱਚੀ ਨੇ ਮੁਸਲਮਾਨ ਦੇ ਨਾਲ ਵਿਆਹ ਕਰਾਇਆ ਉਹਨੂੰ ਪਹਿਲੇ ਸਿੱਖ ਇਤਿਹਾਸ ਪੜ੍ਹਨਾ ਚਾਹੀਦਾ ਉਹਨੂੰ ਸਭ ਤੋਂ ਪਹਿਲੇ ਪੁੱਛੋ ਸਿੱਖਾਂ ਦੇ ਗੁਰੂ ਕਿੰਨੇ ਨੇ ਜੋ ਕਹਿਣਗੇ 10 ਤੇ ਅਗਲਾ ਕੁਐਸਚਨ ਉਹਨੂੰ ਪੁੱਛੋ ਮੁਸਲਮਾਨਾਂ ਨੇ ਕਿੰਨੇ ਸ਼ਹੀਦ ਕੀਤੇ ਜੀ ਜਦੋਂ ਜਿਹੜੇ ਮੁਸਲਮਾਨਾਂ ਦੇ ਘਰ ਜਾ ਕੇ ਤੁਸੀਂ ਰੋਟੀ ਨਹੀਂ ਖਾ ਸਕਦੇ ਉਹ ਗਾਂ ਖਾਂਦੇ ਨੇ ਉਹ ਮੱਝ ਖਾਂਦੇ ਨੇ ਤੁਸੀਂ ਇਕੱਠੇ ਮਿਲ ਕੇ ਰੋਟੀ ਨਹੀਂ ਖਾ ਸਕਦੇ ਤੇ ਵਿਆਹ ਕਰਨ ਤੋਂ ਪਹਿਲੇ ਦੂਜੇ ਬੰਦੇ ਦੇ ਧਰਮ ਦੀ ਥੋੜੀ ਨੌਲੇਜ ਗੇਨ ਕਰ ਲਓ ਜੀ ਜੀ ਜਿਹੜੇ ਮੁਸਲਮਾਨ ਹੈਗੇ ਨੇ ਨਾਨ ਮੁਸਲਿਮ ਨੂੰ ਕਹਿੰਦੇ ਨੇ ਉਹ ਕਾਫਰ ਨੇ
ਜੀ ਬਿਲਕੁਲ ਇਹ ਚੀਜ਼ ਮੈਂ ਨਹੀਂ ਕਹਿੰਦਾ ਕਿ ਜਿਹੜੇ ਮੁਸਲਮਾਨ ਹੈਗੀ ਹੈ ਇੱਕ ਮਾੜੀ ਕੌਮ ਹੈ ਗੱਲ ਹੈਗੀ ਕਿ ਇਹਨਾਂ ਨਾਲ ਮਿਕਸ ਅਪ ਨਹੀਂ ਤੁਸੀਂ ਹੋ ਸਕਦੇ ਐਸ ਫਾਰ ਐਸ ਮੈਰਿਜ ਇਜ਼ ਕੰਸਰਨ ਤੁਸੀਂ ਇਹਨਾਂ ਨਾਲ ਬਿਜ਼ਨਸ ਕਰੋ ਤੁਸੀਂ ਇਹਨਾਂ ਦੇ ਨਾਲ ਲੰਚ ਤੇ ਜਾਓ ਡਿਨਰ ਤੇ ਜਾਓ ਕੁਛ ਵੀ ਕਰੋ ਪਰ ਜਿਹੜਾ ਇੱਕ ਵਿਆਹ ਹੈਗਾ ਉਹ ਤੁਸੀਂ ਮੈਨੂੰ ਦੱਸੋ ਕਿਸ ਤਰ੍ਹਾਂ ਮੈਂ ਤੁਹਾਨੂੰ ਪੁੱਛਦਾ ਕਿ ਤੁਸੀਂ ਕਿਸੇ ਵੀ ਮੈਨੂੰ ਇੱਕ ਇੱਕ ਪਰਿਵਾਰ ਦਾ ਐਗਜ਼ਾਮਪਲ ਦੇ ਦਿਓ ਜਿਹੜਾ ਖੁਸ਼ੀ ਖੁਸ਼ੀ ਕਹੇਗਾ ਕਿ ਮੇਰੀ ਧੀ ਮੁਸਲਮਾਨ ਦੇ ਘਰ ਵਿਆਹੀ ਜੇ ਉਹਨਾਂ ਨੂੰ ਉਸੇ ਵੇਲੇ ਗੁਰੂਆਂ ਉਹਨਾਂ ਨੂੰ ਉਸੇ ਵੇਲੇ ਗੁਰੂਆਂ ਦੀ ਯਾਦ ਦਿਵਾਓ ਕਿੰਨੇ ਮੁਸਲਮਾਨਾਂ ਨੇ ਸ਼ਹੀਦ ਕੀਤੇ ਜੀ ਜੀ ਤੇ ਇਹ ਜਿਹੜੀ ਹੈਗੀ ਹੈ ਉਹਦੇ ਰਾਈਟਸ ਦੀ ਨਹੀਂ ਗੱਲ ਹੈਗੀ ਰਾਈਟਸ ਦੀ ਗੱਲ ਹੈਗੀ ਹੈ ਇੱਕ ਉਹਦੇ ਪੇਰੈਂਟਸ ਦੀ ਤੇ ਸਾਡੇ ਧਰਮ ਦੀ ਜੀ ਜੀ ਸਾਡੇ ਧਰਮ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਉਹਨਾਂ ਨੇ ਜ਼ਬਰਦਸਤੀ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਨਾਲੇ ਉਹ ਜਿਹੜੀ ਕੁੜੀ ਉੱਥੇ ਮੁਸਲਮਾਨਾਂ ਦੇ ਘਰ ਵਿਆਹ ਕੇ ਚੱਲੀ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੁਸਲਮਾਨ ਕਮਿਊਨਿਟੀ ਜਨਾਨੀਆਂ ਨੂੰ ਕਿੰਨੀ ਕੁ ਰਿਸਪੈਕਟ ਦਿੰਦੀ ਜੀ ਤੁਹਾਨੂੰ ਇਸ ਗੱਲ ਦਾ ਪਤਾ ਕਿ ਮੁਸਲਮਾਨ ਕਮਿਊਨਿਟੀ ਦੇ ਵਿੱਚ ਜਨਾਨੀ ਨੂੰ ਮਸ਼ੀਨ ਕਹਿੰਦੇ ਨੇ ਤੇ ਮਸ਼ੀਨ ਦਾ ਮਤਲਬ ਹੈਗਾ ਬੱਚੇ ਜੰਮਣ ਵਾਲੀ ਮਸ਼ੀਨ ਹਾਂਜੀ 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 ਆਈ ਮੀਨ ਜੇ ਉਹ ਰਿਸਪੈਕਟ ਹੀ ਨਹੀਂ ਦਿੰਦੇ ਜੇ ਉਹ ਜਨਾਨੀਆਂ ਨੂੰ ਰਿਸਪੈਕਟ ਹੀ ਨਹੀਂ ਦਿੰਦੇ ਤੇ ਉਹ ਬੱਚੀ ਨੇ ਗਲਤੀ ਕੀਤੀ ਤੇ ਜਿਹੜੇ ਮੇਰੇ ਕਮੈਂਟ ਸੁਣ ਰਹੇ ਨੇ ਉਹ ਆਪਣੇ ਬੱਚਿਆਂ ਨੂੰ ਅਲਰਟ ਕਰਨ ਉਹ ਆਪਣੇ ਬੱਚਿਆਂ ਨੂੰ ਦੱਸਣ ਤੇ ਸਿੱਖ ਦਾ ਧਰਮ ਕੀ ਹੈ ਤੇ ਮੁਸਲਮਾਨ ਧਰਮ ਕੀ ਹੈ ਜਿਹਦੇ ਨਾਲ ਬਹਿ ਕੇ ਤੁਸੀਂ ਖਾ ਨਹੀਂ ਸਕਦੇ ਹਾਂਜੀ ਜੀ ਬਿਲਕੁਲ ਉਹ ਗਾਂ ਖਾਂਦੇ ਮਾਜੇ ਖਾਂਦੇ ਗਾਂ ਸਾਨੂੰ ਇਕੱਠੇ ਤੁਸੀਂ ਲੱਗ ਰਹੇ ਹੋ ਥੈਂਕ ਯੂ ਸੋ ਮਚ ਮਹੀਪਾਲ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਸਾਨੂੰ ਦੂਜੇ ਬੰਨੇ ਦੀ ਵੀ ਗੱਲ ਇੱਥੇ ਸੁਣਾਈ ਕਿ ਹਾਂਜੀ ਅਫਕੋਰਸ ਕੁੜੀ ਦਾ ਹੱਕ ਬਣਦਾ ਉਹਦੇ ਰਾਈਟਸ ਹਨ ਆਪਾਂ ਮਾਡਰਨ ਸੈਂਚਰੀ ਦੇ ਵਿੱਚ ਰਹਿੰਦੇ ਹਾਂ ਬਟ ਸਾਡੇ ਕਲਚਰ ਦੇ ਵਿੱਚ ਪਰਿਵਾਰ ਦਾ ਲਿਹਾਜ਼ ਅਤੇ ਇੱਜ਼ਤ ਦੀ ਆਪਾਂ ਕਿੰਨੀ ਮਾਇਨੇ ਰੱਖਦੇ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਦੇ ਹਾਂ ਉਹਨਾਂ ਦੇ ਇੱਕ ਇੱਕ ਕਹੀ ਹੋਈ ਚੀਜ਼ ਨੂੰ ਵਚਨ ਦੇ ਤੌਰ 'ਤੇ ਸਾਨੂੰ ਲੈਣਾ ਚਾਹੀਦਾ ਹੈ ਸੋ ਇਸ ਸਿਨੈਰੀਓ ਦੇ ਵਿੱਚ ਇਹ ਇੱਕ ਐਂਗਲ ਵੀ ਆ ਜਾਂਦਾ ਹੈ ਬਟ ਇੱਥੇ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹੁੰਦੀ ਹਾਂ ਫਰਜ਼ ਕਰੋ ਇੱਕ ਕੁੜੀ ਪੜ੍ਹੀ ਲਿਖੀ ਹੈਗੀ ਉਹਨੂੰ ਮਾਂ ਪਿਓ ਨੇ ਚੰਗੀ ਤਰ੍ਹਾਂ ਪਾਲਿਆ ਐਂਡ ਉਹ ਕਹਿੰਦੀ ਕਿ ਮੈਂ ਇਹ ਫੈਸਲਾ ਲੈਣਾ ਹੈ ਮੈਂ ਧਰਮ ਤੋਂ ਬਾਹਰ ਜਾ ਕੇ ਵਿਆਹ ਕਰਨਾ ਹੈ ਭਾਵੇਂ ਉਹ ਮੁਸਲਿਮ ਹੋਏ ਗੋਰਾ ਹੋਏ ਕੁਛ ਵੀ ਕਹਿ ਲਓ ਇਹਦੇ ਵਿੱਚ ਕਿੰਨੀ ਕੁ ਰਿਸਪੋਂਸੀਬਿਲਿਟੀ ਮਾਂ ਪਿਓ 'ਤੇ ਵੀ ਆਉਂਦੀ ਹੈ ਮੈਂ ਸਵਾਲ ਪੁੱਛ ਰਹੀ ਹਾਂ ਤੁਸੀਂ ਕਾਲ ਕਰਕੇ ਆਪਦੇ ਓਪੀਨੀਅਨਸ ਰੱਖ ਸਕਦੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਔਨਅਰ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਮੇਰਾ ਇਹ ਕਹਿਣਾ ਆ ਹੋ ਸਕਦਾ ਕਈ ਬੰਦੇ ਮੇਰੇ ਨਾਲ ਨਾ ਰਾਜੀ ਹੋਣ ਜੀ ਪਰ ਇੰਡੀਆ ਦਾ ਤੇ ਅਮਰੀਕਾ ਦਾ ਕਲਚਰ ਡਿਫਰੈਂਟ ਹੈ ਸੋ ਉਹਨਾਂ ਦੇ ਹਿਸਾਬ ਦੇ ਨਾਲ ਉਹ ਆਪਣੀ ਤਾਂ ਜੋ ਕਰ ਰਹੇ ਹਨ ਠੀਕ ਹੈ ਇੱਥੇ ਤਾਂ ਕੰਮ ਹੀ ਸਿੱਧਾ ਧੀ ਵਿਆਹਣੀ ਨਹੀਂ ਨੂੰ ਲਿਆਉਣੀ ਨਹੀਂ ਗੁਆਂਢੀ ਗੁਆਂਢੀ ਨਹੀਂ ਜਾਣਦਾ ਇੱਜ਼ਤ ਹੈ ਨਹੀਂ ਸੋ ਅਗਲਿਆਂ ਨੇ ਸੁਸਾਇਟੀ 'ਚ ਬਹਿਣਾ ਖਲੋਣਾ ਜੇ ਉਹਨਾਂ ਨੇ ਕੁਛ ਕੀਤਾ ਤੇ ਆਪਣੀ ਸੋਸਾਇਟੀ ਵਾਸਤੇ ਕੀਤਾ ਤਾਂ ਕੱਲ ਨੂੰ ਬਾਹਰ ਨਿਕਲਣ ਤੇ ਉਹਨਾਂ ਤੇ ਕੋਈ ਉਂਗਲ ਨਾ ਚੱਕੇ ਸੋਰੀ ਬਿਲਕੁਲ ਸੋ ਉਹਨਾਂ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਕਰਨ ਦਿਓ ਬਜਾਏ ਉਹਨਾਂ ਦੇ ਵਟਸਐਪ ਉਹਨਾਂ ਨੇ ਕੀਤਾ ਉਹਨਾਂ ਨੂੰ ਇੱਥੇ ਪਬਲਿਸਿਟੀ ਦੇ ਕੇ ਜਾਂ ਐਡਵਰਟਾਈਜ਼ ਕਰਕੇ ਮੂੰਹ 'ਚ ਪ੍ਰੋਬਲਮ ਕ੍ਰੀਏਟ ਕਰਨ ਦੀ ਲੋੜ ਨਹੀਂ ਜੋ ਉਹਨਾਂ ਨੇ ਕੀਤਾ ਉਹਨਾਂ ਦੇ ਹਾਲਾਤ 'ਚ ਅਸੀਂ ਹੋਈਏ ਸ਼ਾਇਦ ਉਹੀ ਕਰੀਏ ਕਿਉਂਕਿ ਸਾਡੀ ਸੁਸਾਇਟੀ ਹੈ ਵੂਮਨ ਰਾਈਟ ਦੇ ਨਾਂ 'ਤੇ ਜਨਾਨੀ ਨੇ ਜਨਾਨੀ ਨੂੰ ਜਨਾਨੀ ਰਹਿਣ ਹੀ ਨਹੀਂ ਦਿੱਤਾ ਇੱਥੇ ਕੀ ਹੈ ਚਾਰ ਚਾਰ ਵਿਆਹ ਹੁੰਦੇ ਨੇ ਇੱਕ ਬੱਚਾ ਕਿਤੇ ਹੈ ਇੱਕ ਕਿਤੇ ਹੈ ਪਤਾ ਹੈ ਨਹੀਂ ਜਨਾਨੀ ਬੱਸ 'ਚ ਲਟਕੀ ਮੋਢੇ ਨਾਲ ਕੁੱਤਾ ਲਾਇਆ ਸੋ ਇਹੀ ਆਜ਼ਾਦੀ ਰਹਿ ਗਈ ਜਨਾਨੀ ਦੀ ਜੀ ਜੀ ਸੋ ਟੌਪਿਕ ਬਹੁਤ ਲੰਮਾ ਹੋ ਜਾਏਗਾ ਜੀ ਥੈਂਕ ਯੂ ਸੋ ਮਚ ਐਂਡ ਤੁਹਾਡਾ ਨਾਮ ਕੋਈ ਗੱਲ ਨਹੀਂ ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ ਅੱਜ ਦੇ ਟੋਪਿਕ ਨੂੰ ਲੈ ਕੇ ਬਹੁਤ ਸੈਂਸਿਟਿਵਿਟੀਜ਼ ਸਾਨੂੰ ਮਹਿਸੂਸ ਹੋ ਰਹੀਆਂ ਬਟ ਮੈਨੂੰ ਇੱਕ ਚੀਜ਼ ਦੀ ਖੁਸ਼ੀ ਹੈ ਕਿ ਐਟਲੀਸਟ ਆਪਾਂ ਇਸ ਚੀਜ਼ ਨੂੰ ਲੈ ਕੇ ਗੱਲ ਤਾਂ ਕਰ ਰਹੇ ਹਾਂ ਇਹਨੂੰ ਆਪਾਂ ਦਬਾ ਕੇ ਛੁਪਾ ਕੇ ਲੁਕੋ ਕੇ ਨਹੀਂ ਰੱਖਿਆ ਮੈਂ ਇਸ ਗੱਲ ਦੇ ਨਾਲ ਸਹਿਮਤੀ ਰੱਖਦੀ ਹਾਂ ਕਿ ਉਹ ਜੋ ਕੁੜੀ ਹੈਗੀ 18 ਸਾਲਾਂ ਦੀ ਉਹਦਾ ਨਾਂ ਉਹਦਾ ਚਿਹਰਾ ਸੋਸ਼ਲ ਮੀਡੀਆ ਦੇ ਥਾਂ ਥਾਂ 'ਤੇ ਨਹੀਂ ਪੋਸਟ ਹੋਣਾ ਚਾਹੀਦਾ ਸੀ ਉਹਦੀ ਕੁਛ ਪ੍ਰਾਈਵੇਸੀ ਹੋਣੀ ਚਾਹੀਦੀ ਸੀ ਬਟ ਅੱਜ ਸਾਡਾ ਮੁੱਦਾ ਕਿਸੇ ਨੂੰ ਨਾ ਕਿਸੇ ਦੇ ਖਿਲਾਫ ਵਿਰੋਧ ਕਰਨਾ ਨਾ ਕਿਸੇ ਨੂੰ ਪਬਲਿਸਾਈਜ਼ ਕਰਨਾ ਨਾ ਉਹਨਾਂ ਦੀ ਫੋਟੋ ਚਿਪਕਾ ਕੇ ਉਹਨਾਂ ਦੀ ਗੱਲ ਉਹਨਾਂ ਦੀ ਪਿੱਠ ਪਿੱਛੇ ਕਰਨੀ ਸਾਡਾ ਮੁੱਦਾ ਇਹੀ ਹੈ ਕਿ ਇਹ ਜੋ ਇਸ਼ੂ ਸਾਡੀ ਕਮਿਊਨਿਟੀ ਨੂੰ ਵੀ ਸਾਡੇ ਪਰਿਵਾਰਾਂ ਨੂੰ ਵੀ ਸਾਡੇ ਪਿਛੋਕੜ ਨੂੰ ਅਤੇ ਸਾਡੀ ਜੋ ਮਾਡਰਨ ਡੇ ਜਿੱਥੇ ਆਪਾਂ ਵੱਸਦੇ ਹਾਂ ਇਨ ਸਾਰੀ ਚੀਜ਼ਾਂ ਨੂੰ ਛੇੜਦਾ ਹੈ ਅਤੇ ਇਹਦੇ ਉੱਤੇ ਹਿਊਮਨ ਰਾਈਟਸ ਦਾ ਵੀ ਸਵਾਲ ਉੱਠਦਾ ਹੈ ਕਿਸ ਤਰ੍ਹਾਂ ਇੱਕ ਪਰਿਵਾਰ ਆਪਣੀ ਅਗਲੀ ਜਨਰੇਸ਼ਨ ਨੂੰ ਸਿਖਾ ਰਿਹਾ ਪੜ੍ਹਾ ਰਿਹਾ ਉਹਨਾਂ ਨੂੰ ਤਿਆਰ ਕਰ ਰਿਹਾ ਦੁਨੀਆ ਦੇ ਵਿੱਚ ਐਂਟਰੀ ਮਾਰਨ ਲਈ ਅਤੇ ਆਫਕੋਰਸ ਪੋਲੀਟਿਕਸ ਬਿਕੋਜ਼ ਐਟ ਦੀ ਐਂਡ ਆਫ ਦਾ ਡੇ ਉਹ ਪਿਕਚਰਾਂ ਉਹ ਪ੍ਰੋਟੈਸਟ ਉਹ ਪਿਕਚਰਾਂ ਅਤੇ ਪ੍ਰੋਟੈਸਟ ਅਤੇ ਕੁੜੀ ਨੂੰ ਜਦੋਂ ਛਡਾਇਆ ਅਤੇ ਉਹਦਾ ਵਿਆਹ ਕਰਾਇਆ ਉਹ ਕੁੜੀ ਦੇ ਪਰਿਵਾਰ ਨੇ ਨਹੀਂ ਕੀਤਾ
ਉਹ ਇੱਕ ਪੋਲੀਟੀਕਲ ਐਂਗਲ ਤੋਂ ਸਾਡੇ ਅੱਗੇ ਪੇਸ਼ ਕੀਤੀ ਗਈ। ਇਸ ਕਰਕੇ ਇਸ ਚੀਜ਼ ਨੂੰ ਡਿਸਕਸ ਕਰ ਰਹੇ ਹਾਂ। ਤੁਸੀਂ ਕਾਲ ਕਰਕੇ ਸਾਨੂੰ ਦੱਸੋ ਕਿ ਇਹ ਐਂਗਲ ਕੀ ਇੱਥੇ ਬਣਦਾ ਹੈ, ਪੋਲੀਟੀਕਲ, ਸੋਸ਼ਲ, ਫੈਮਿਲੀ, ਰਿਲੀਜਨ ਔਰ ਆਲ ਆਫ ਦੈਮ। ਇਹਦੀ ਗੱਲ ਇਸ ਤਰ੍ਹਾਂ ਜਾਰੀ ਰਹੇਗੀ। ਬ੍ਰੇਕ ਤੋਂ ਉਸ ਪਾਰ ਇੱਕ ਇਹੋ ਜਿਹੇ ਮੁੱਦੇ ਦੀ ਗੱਲ ਹੋ ਰਹੀ ਹੈ ਜੋ ਸਾਡੇ ਦਿਲੋਂ ਸਾਨੂੰ ਦੁੱਖ ਹੁੰਦਾ ਹੈ ਇਸ ਸਟੋਰੀ ਬਾਰੇ ਸੁਣ ਕੇ। ਕਿਸੇ ਵੀ ਐਂਗਲ ਤੋਂ ਤੁਸੀਂ ਲੈ ਲਓ, ਦੁੱਖ ਹੁੰਦਾ ਹੈ। ਭਾਵੇਂ ਇੱਕ ਮਾਈਨਰ ਕੁੜੀ ਦੇ ਨਾਲ ਕੀ ਕੁਛ ਵਾਪਰਿਆ ਜਿਹਦੀ ਸੱਚਾਈ ਹਲੇ ਵੀ ਕਲੀਅਰਲੀ ਨਹੀਂ ਸਾਨੂੰ ਪਤਾ। ਇੱਕ ਸਾਈਡ ਕੁਛ ਕਹਿ ਰਹੀ ਹੈ, ਦੂਜੀ ਸਾਈਡ ਕੁਛ ਕਹਿ ਰਹੀ ਹੈ, ਦੋਨੋਂ ਸਾਈਡਾਂ ਦੇ ਆਪਦੇ ਏਜੰਡਾ ਡੈਫੀਨੇਟਲੀ ਹੈਗੇ, ਲੇਕਿਨ ਉਹ ਜੋ ਵਿੱਚ ਕੁੜੀ ਫਸੀ ਹੋਈ ਹੈ, ਪਹਿਲੇ ਉਹਨੂੰ ਇੱਕ ਨੇ ਚੁੱਕ ਲਿਆ, ਵਿਆਹ ਕਰ ਲਿਆ ਜਾਂ ਕਨਵਰਟ ਕਰ ਲਿਆ, ਜੋ ਵੀ ਤੁਸੀਂ ਕਹਿ ਲਓ, ਫਿਰ ਉਹਨੂੰ ਰਿਹਾ ਕਰਕੇ ਦੂਜੇ ਨਾਲ ਵਿਆਹ ਕਰਤਾ, ਭਾਵੇਂ ਇਹ ਉਹਦੇ ਪਰਿਵਾਰ ਦੀ ਇੱਜ਼ਤ ਅਤੇ ਜੋ ਉਹਨਾਂ ਦੀ ਉਸ ਕਮਿਊਨਿਟੀ ਦੇ ਵਿੱਚ ਜਗ੍ਹਾ ਬਣੀ ਹੋਈ ਹੈ ਉਸ ਨੂੰ ਬਚਾਉਣ ਲਈ ਕੀਤਾ ਗਿਆ ਹੋਏ, ਭਾਵੇਂ ਇਹ ਉਸ ਕੁੜੀ ਲਈ ਇੱਕ ਤੁਸੀਂ ਕਹਿ ਲਓ ਬਲੈਸਿੰਗ ਹੀ ਹੋਏ, ਬਟ ਉਸ ਕੁੜੀ ਨੂੰ ਕਿਸੇ ਨੇ ਪੁੱਛਿਆ ਕਿ ਤੇਰਾ ਨਾਂ, ਤੇਰੀ ਪਿਕਚਰ ਆਪਾਂ ਲਾ ਰਹੇ ਹਾਂ, ਤੇਰੀ ਜ਼ਿੰਦਗੀ 'ਤੇ ਇਹਦਾ ਕੀ ਫਰਕ ਪਊਗਾ? ਤੇਰਾ ਇੱਕ ਬੰਦੇ ਤੋਂ ਚੁੱਕ ਕੇ ਦੂਜੇ ਬੰਦੇ ਨਾਲ ਵਿਆਹ ਕਰ ਰਹੇ ਹਾਂ, ਉਹਦਾ ਤੇਰੀ ਜ਼ਿੰਦਗੀ 'ਤੇ ਕੀ ਇੰਪੈਕਟ ਪਊਗਾ? ਇਹਦੀ ਕੋਈ ਸਟੇਟਮੈਂਟਸ ਕਿਸੇ ਵੀ ਮੀਡੀਆ ਨੇ ਰਿਪੋਰਟ ਨਹੀਂ ਕੀਤੀ। ਕੁਝ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹਾਂਜੀ ਅਸ਼ਮਿਤਾ ਜੀ, ਮੈਂ ਜਿਹੜਾ ਤੁਹਾਡਾ ਟੌਪਿਕ ਚੱਲ ਰਿਹਾ ਉਸਦੇ ਬਾਰੇ ਕਹਿਣਾ ਚਾਹੁੰਦਾ ਹਾਂ ਜੀ। ਮੈਨੂੰ ਇਹ ਚੀਜ਼ ਜਿਹੜੀ ਹੈ ਅਜੇ ਤੱਕ ਡਾਈਜੈਸਟ ਨਹੀਂ ਹੋ ਰਹੀ ਕਿ ਇਸ ਤਰ੍ਹਾਂ ਹੋ ਸਕਦਾ ਹੈ, ਕਿਉਂਕਿ ਪਿੱਛੇ ਸਿੱਖਾਂ ਨੇ ਉਹਨਾਂ ਦੇ ਮੁਸਲਮਾਨ ਬੱਚਿਆਂ ਨੂੰ ਉਹਨਾਂ ਦੇ ਕਾਲਜਾਂ ਤੋਂ ਜਾਂ ਉੱਥੋਂ ਉਹਨਾਂ ਨੂੰ ਸ਼੍ਰੀਨਗਰ ਦਾ ਛੱਡ ਕੇ ਆਏ ਸੀ, ਬੜੀ ਉਹਨਾਂ ਦੀ ਹੈਲਪ ਕੀਤੀ ਸੀ ਜੀ। ਤੇ ਬੜਾ ਪਿਆਰ ਸਤਿਕਾਰ ਹੈਗਾ ਜੀ ਕਸ਼ਮੀਰ ਵਿੱਚ ਸਿੱਖਾਂ ਦਾ ਜਾਂ ਮੁਸਲਮਾਨਾਂ ਦਾ ਆਪਸ 'ਚ ਜੀ। ਮੈਨੂੰ ਕਿਤੇ ਕੋਨਸਪਰੇਸੀ ਚੱਲ ਲੱਗਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਵੀ ਜਿਸਲੇ ਮਲੇਰਕੋਟਲਾ ਦੇ ਵਿੱਚ ਵੀ ਪਿੱਛੇ ਸਿੰਘਾਂ ਨੇ ਆਪਣੀ ਜ਼ਮੀਨ ਮਸਜਿਦ ਵਾਸਤੇ ਦਾਨ ਕੀਤੀ ਸੀ, ਦਿੱਤੀ ਸੀ, ਤਾਂ ਕਿ ਹੁਣ ਇਹਨਾਂ ਨੂੰ ਕੁਛ ਲੱਗਦਾ ਮੈਨੂੰ ਕਿ ਸਿੱਖਾਂ ਔਰ ਮੁਸਲਮਾਨਾਂ ਦੇ ਵਿੱਚ ਆਪਸ 'ਚ ਕੋਈ ਲੜਾਈ ਜਾਂ ਕੁਛ ਇਹੋ ਜਿਹਾ ਮਾਹੌਲ ਕ੍ਰੀਏਟ ਕਰਨ ਦਾ ਇਹਨਾਂ ਦਾ ਪਲਾਨ ਕੋਈ ਲੱਗਦਾ ਹੈ ਪੰਜਾਬ ਦੇ ਵਿੱਚ ਜਾਂ ਬਾਹਰ ਕਿਤੇ? ਕਿਉਂਕਿ ਇਹ ਮੈਂ ਵੀ ਕਸ਼ਮੀਰ ਬਹੁਤ ਪਹਿਲਾਂ ਕਾਫੀ ਸਾਲ ਰਿਹਾ ਮੈਂ ਉੱਥੇ, ਬਹੁਤ ਪਿਆਰ ਮੁਸਲਮਾਨ ਔਰ ਸਿੱਖਾਂ ਦੇ ਬਹੁਤ ਪਿਆਰ ਸੀ ਸਾਡਾ ਉੱਥੇ ਆਪਸ 'ਚ ਜੀ, ਤੇ ਕੋਈ ਕਦੀ ਇਹੋ ਜਿਹੀ ਗੱਲ ਹੀ ਨਹੀਂ ਸੀ ਹੈਗੀ ਜੀ। ਇਹ ਵੀ ਜਿਹੜੀ ਖਬਰ ਆਈ ਹੈ ਤੇ ਵੈਸੇ ਕੰਸਰਨ ਹੈਗੀ ਹੈ, ਪਰ ਮੈਨੂੰ ਇਹਦੇ ਪਿੱਛੇ ਪੋਲਿਟਿਕਸ ਲੱਗਦੀ ਹੈ ਜੀ ਕਾਫੀ ਜੀ ਜੀ, ਔਰ ਬੀਜੇਪੀ ਦੀ ਕੰਸਪਿਰੇਸੀ ਲੱਗਦੀ ਹੈ ਉਹ ਕਿਸੇ ਤਰੀਕੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਜ਼ਿਆਦਾ ਉਛਾਲਿਆ ਕੀਤਾ, ਕਿੰਨੀ ਕੁ ਗੱਲ ਸੱਚੀ ਹੈ ਉਹਦੇ ਬਾਰੇ ਅਜੇ ਆਏਗੀ ਖਬਰ ਵਿੱਚ, ਪਰ ਇਹ ਜ਼ਰੂਰ ਡੈਫੀਨੇਟਲੀ ਮੁਸਲਮਾਨ ਜਿਹੜੇ ਉੱਥੋਂ ਦੇ ਲੀਡਰ ਹੈਗੇ ਹੈ ਕਸ਼ਮੀਰ ਦੇ, ਉਹ ਬੜੀ ਜਲਦੀ ਸਟੇਟਮੈਂਟ ਦੇਣਗੇ ਇਸ ਚੀਜ਼ ਨੂੰ ਕਲੀਅਰ ਕਰਨਗੇ ਜੀ ਕਿ ਇਹ ਜਿਹੜੀ ਖਬਰ ਹੈਗੀ ਹੈ ਇਹ ਸੱਚਾਈ ਕਿੰਨੀ ਕੁ ਹੈਗੀ ਜੀ। ਥੈਂਕ ਯੂ ਸੋ ਮਚ ਰਾਜ ਜੀ, ਤੁਹਾਡੀ ਕਾਲ ਲਈ। ਸਟੇਟਮੈਂਟ ਦਿੱਤੀ ਹੈ ਉਹਨਾਂ ਨੇ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੀ ਹਾਂ। ਅੱਜ ਹੀ ਟਵੀਟ ਕੀਤਾ ਜੋ ਕਿ ਉੱਥੇ ਦੇ ਡੈਮੋਕ੍ਰੈਟਿਕ ਪਾਰਟੀ ਲੀਡਰ ਮਹਿਬੂਬਾ ਮੁਫਤੀ ਹੈਗੇ, ਉਹਨਾਂ ਨੇ ਕਿਹਾ ਕਿ ਇਹ ਜੋ ਇੰਸੀਡੈਂਟ ਹੈਗਾ ਇਹਦੇ ਬਾਰੇ ਸੁਣ ਕੇ ਸਾਨੂੰ ਬਹੁਤ ਡਿਸਟਰਬਡ ਫੀਲ ਹੋਇਆ, ਸਾਨੂੰ ਕੋਈ ਚੰਗੀ ਨਹੀਂ ਲੱਗੀ। ਮੁਸਲਿਮਸ ਐਂਡ ਸਿੱਖਸ ਜੰਮੂ ਐਂਡ ਕਸ਼ਮੀਰ ਦੇ ਵਿੱਚ ਪਿਛਲੇ 500 ਸਾਲਾਂ ਤੋਂ ਪੀਸਫੁਲੀ ਕੋ ਐਗਜ਼ਿਸਟ ਕਰ ਰਹੇ ਹੈ, ਮਾੜਿਆਂ ਤੋਂ ਮਾੜਿਆਂ ਦੇ ਸਮਿਆਂ ਦੇ ਵਿੱਚ। ਉਹਨਾਂ ਨੇ ਇਹ ਵੀ ਕਿਹਾ ਹੈ ਐਨੀਵੇਜ਼ ਉਹ ਇਨਵੈਸਟੀਗੇਸ਼ਨ ਇੱਕ ਇੰਡੀਪੈਂਡੈਂਟ ਤੌਰ 'ਤੇ ਕਰ ਰਹੇ ਹੈ ਇਹ ਫਾਈਂਡ ਆਊਟ ਕਰਨ ਲਈ ਕਿ ਇਸ ਇਸ਼ੂ ਦੇ ਵਿੱਚ ਸੱਚਾਈ ਕੀ ਆ। ਜੋ ਕਿ ਉੱਥੇ ਦੇ ਨੈਸ਼ਨਲ ਕਾਨਫਰੰਸ ਲੀਡਰ ਓਮਾਰ ਅਬਦੁੱਲਾ ਹੈਗੇ, ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਕਿ ਕੋਈ ਵੀ ਇੱਦਾਂ ਦੀ ਕੰਟਰੋਵਰਸੀ ਕਹਿ ਲਓ, ਸਕੀਮ ਕਹਿ ਲਓ, ਸਾਜ਼ਿਸ਼ ਕਹਿ ਲਓ, ਕੋਈ ਵੀ ਮੂਵ ਜੋ ਕਿ ਇੱਕ ਡਿਵੀਜ਼ਨ ਸਿੱਖ ਔਰ ਮੁਸਲਿਮਸ ਦੇ ਵਿੱਚ ਕਸ਼ਮੀਰ ਦੇ ਵਿੱਚ ਲੈ ਕੇ ਆਉਂਦੀ ਹੈ ਉਹ ਇਰਰਿਪੇਅਰੇਬਲ ਹਾਰਮ ਜੰਮੂ ਐਂਡ ਕਸ਼ਮੀਰ ਨੂੰ ਕਰੂਗੀ, ਕਿ ਇਹ ਦੋ ਕਮਿਊਨਿਟੀਜ਼ ਨੇ ਇੱਕ ਦੂਜੇ ਨੂੰ ਥਰੂ ਥਿਕ ਐਂਡ ਥਿਨ ਸਪੋਰਟ ਕੀਤਾ ਹੈ ਐਂਡ ਉਹਨਾਂ ਨੇ ਸਰਵਾਈਵ ਕੀਤਾ ਹੈ ਕਿੰਨੀ ਵਾਰੀ ਅਟੈਂਪਟਸ ਉਹਨਾਂ ਦੇ ਇੰਨੇ ਪੁਰਾਣੇ ਸਮੇਂ ਦੀ ਰਿਲੇਸ਼ਨਸ਼ਿਪ ਨੂੰ ਤੋੜਨ ਲਈ। ਉਹਨਾਂ ਨੇ ਵੀ ਕਿਹਾ ਕਿ ਅਥਾਰਟੀਜ਼ ਕੁਇਕਲੀ ਇਨਵੈਸਟੀਗੇਸ਼ਨ ਕਰ ਰਹੀਆਂ ਕਿ ਇਹਦੇ ਵਿੱਚ ਸੱਚਾਈ ਕੀ ਹੈਗੀ ਐਂਡ ਇਹ ਜੋ ਟੈਂਸ਼ਨ ਹੈਗੀ ਇਹ ਕੋਈ ਰਾਜਨੀਤਿਕ ਸਟਰੈਟਜੀ ਹੈ, ਸਾਜ਼ਿਸ਼ ਹੈ ਜਾਂ ਕੋਈ ਕਾਨੂੰਨ ਤੋੜਿਆ ਗਿਆ ਹੈ ਕਿਸੇ ਦੇ ਰਾਈਟਸ, ਕੋਈ ਕਿਡਨੈਪਿੰਗ, ਕੋਈ ਇੱਦਾਂ ਦੀ ਤੁਸੀਂ ਕਹਿ ਲਓ ਕਨਵਰਟਿਡ ਫੋਰਸਡ ਕਨਵਰਜ਼ਨ ਜਾਂ ਕਿਸੇ ਨੂੰ ਬ੍ਰੇਨ ਵਾਸ਼ ਕੀਤਾ ਗਿਆ, ਇਹੋ ਜਿਹੀ ਕੋਈ ਵੀ ਚੀਜ਼ ਖਾਸ ਕਰਕੇ ਕਿਸੇ ਅੰਡਰ ਏਜ ਕੁੜੀ ਦੇ ਨਾਲ ਅਗਰ ਹੋਈ ਹੈ ਉਹਦੀ ਜਾਣਕਾਰੀ ਇਨਵੈਸਟੀਗੇਸ਼ਨ ਜ਼ਰੂਰ ਪਾਊਗੀ। ਸੋ ਵੰਸ ਅਗੈਨ ਇਹ ਜੋ ਟੌਪਿਕ ਹੈਗਾ ਇਹਦਾ ਕੋਈ
ਮੈਨੂੰ ਨਹੀਂ ਲੱਗਦਾ ਕੋਈ ਸਾਦਾ ਸਿੱਧਾ ਜਵਾਬ ਜਾਂ ਕੋਈ ਵੀ ਇੱਕ ਸਟੇਟਮੈਂਟ ਬਣਾਈ ਜਾ ਸਕਦੀ ਹੈ। ਇੱਥੇ ਤਾਂ ਸਿਰਫ ਇਹੀ ਸਾਨੂੰ ਆਪ ਨੂੰ ਯਾਦ ਰੱਖਣਾ ਚਾਹੀਦਾ ਕਿ ਸਾਡੇ ਗੁਰੂਆਂ ਨੇ ਸਾਨੂੰ ਕੀ ਸਿਖਾਇਆ। ਸਾਡੇ ਗੁਰੂਆਂ ਨੇ ਸਾਨੂੰ ਉਸ ਟਾਈਮ ਵੀ ਜਦੋਂ ਸਿੱਖ ਹਲੇ ਬਣੇ ਨਹੀਂ ਸੀਗੇ, ਗੁਰੂ ਨਾਨਕ ਦੀ ਸੋਚ ਬਣੀ ਹੋਈ ਸੀ, ਸਿੱਖ ਸਿੰਘ ਨਹੀਂ ਬਣੇ ਸੀ ਉਸ ਟਾਈਮ, ਗੁਰੂ ਨਾਨਕ ਦੇਵ ਜੀ ਨੇ ਵੀ ਮੁਸਲਮਾਨਾਂ ਨੂੰ ਵੀ ਹਿੰਦੂਆਂ ਨੂੰ ਵੀ ਵੱਖ ਵੱਖ ਤਰ੍ਹਾਂ ਦੇ ਲੋਕਾਂ ਨੂੰ ਆਪ ਦੇ ਨਾਲ ਰੱਖਿਆ, ਉਹਨਾਂ ਤੋਂ ਇਹ ਬਾਣੀ ਦਾ ਪ੍ਰਚਾਰ ਕਰਾਇਆ। ਸੋ ਅੱਜ ਦੀ ਡੇਟ ਦੇ ਵਿੱਚ ਸਾਨੂੰ ਆਪ ਦੇ ਇੰਡੀਵਿਜੂਅਲ ਜੋ ਕਿੱਸੇ ਹਨ, ਹਰ ਇੱਕ ਦੇ ਨਾਲ ਮਾੜਾ ਜਾਂ ਚੰਗਾ ਹੁੰਦਾ ਹੈ, ਉਹ ਤੁਹਾਡੇ ਆਪ ਦੇ ਕਿੱਸੇ ਹੈਗੇ, ਉਹਨਾਂ ਤੋਂ ਅਗਰ ਆਪਾਂ ਉੱਪਰ ਉੱਠ ਕੇ ਦੇਖੀਏ ਇਸ ਸਿਚੁਏਸ਼ਨ ਦੇ ਵਿੱਚ ਕੀ ਹੋ ਰਿਹਾ, ਉਹਦੀ ਮੈਨੂੰ ਲੱਗਦਾ ਇੱਥੇ ਥੋੜ੍ਹੀ ਜਿਹੀ ਜ਼ਿਆਦਾ ਹੋਰ ਲੋੜ ਹੈਗੀ। ਅਗਰ ਆਪਣੇ ਵਿਚਾਰ ਸਾਡੇ ਨਾਲ ਹੋਰ ਸਾਂਝੇ ਕਰਨਾ ਚਾਹੁੰਦੇ ਹੋ ਇਸ ਮੁੱਦੇ ਨੂੰ ਲੈ ਕੇ, ਇਸ ਵੀਡੀਓ ਨੂੰ ਲੈ ਕੇ ਜਾਂ ਕਿਸੇ ਵੀ ਟੋਪਿਕ ਨੂੰ ਲੈ ਕੇ, ਜ਼ਰੂਰ ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।